ਸਤਿ ਸ਼੍ਰੀ ਅਕਾਲ ਦੋਸਤੋ, ਅਗਲਾ ਇਹ ਅਸੀਂ ਆਪਾਂ 8th ਚੈਪਟਰ ਕਰਦੇ ਪਏ ਹਾਂ 8th ਕਲਾਸ ਦਾ, ਠੀਕ ਹੈ ਜੀ। ਇਹਦੇ 'ਚ ਦੂਜਾ ਟੋਪਿਕ, ਇਹ ਦੂਜੀ ਵੀਡੀਓ ਹੈ, ਇਹਦੇ 'ਚ ਹੈਗਾ ਸੈੱਲ ਦੀ ਬਣਤਰ ਅਤੇ ਕਾਰਜ। ਕਹਿੰਦਾ ਸੈੱਲ ਸਟਰਕਚਰ ਐਂਡ ਫੰਕਸ਼ਨ, ਹੁਣ ਸੈੱਲ ਸਟਰਕਚਰ ਪੜ੍ਹਾਂਗੇ, ਇਹੀ ਸਭ ਤੋਂ ਇੰਪੋਰਟੈਂਟ ਹੈ, ਅਤੇ ਇਹਦੇ ਫੰਕਸ਼ਨ ਬਣਨੇ ਇਹ ਇੰਪੋਰਟੈਂਟ ਹੈ, ਇਹ ਸਮਝ ਆਏਗਾ ਤਾਂ ਤੁਹਾਨੂੰ 10th ਕਲਾਸ ਦੇ ਚੈਪਟਰ ਆਰਾਮ ਨਾਲ ਸਮਝ ਆ ਜਾਣਗੇ, ਠੀਕ ਹੈ। 9th ਤਾਂ ਸਮਝ ਆ ਜਾਏਗਾ, ਪਰ ਤੁਹਾਨੂੰ ਬੇਸਿਕ ਆਈਡੀਆ ਹੋਊਗਾ ਵੀ ਉਹ ਸੈੱਲ ਹੈ ਕੀ ਆ, ਠੀਕ ਹੈ ਜੀ। ਅਸੀਂ ਕਿੱਦਾਂ ਬਣੇ ਹਾਂ, ਸਾਡੀ ਬੋਡੀ ਕਿੱਦਾਂ ਬਣੀ ਆ, ਸਾਡਾ ਸਰੀਰ ਕਿੱਦਾਂ ਬਣਿਆ ਹੈ, ਸਾਡੇ ਅੰਗ ਕਿੱਦਾਂ ਕੰਮ ਕਰਦੇ ਨੇ, ਸਾਨੂੰ ਬਿਮਾਰੀਆਂ ਕਿੱਦਾਂ ਲੱਗਦੀਆਂ ਨੇ, ਸਾਨੂੰ ਭੋਜਨ ਕਿਹੜਾ ਖਾਣਾ ਚਾਹੀਦਾ ਹੈ, ਅਸੀਂ ਪ੍ਰਜਨਨ ਕਿੱਦਾਂ ਕਰਦੇ ਹੈਗੇ ਹਾਂ, ਰੀਪ੍ਰੋਡਕਸ਼ਨ ਕਿਉਂ ਜ਼ਰੂਰੀ ਹੈਗੀ ਹੈ, ਰੀਪ੍ਰੋਡਕਸ਼ਨ ਦੀ ਲੋੜ ਕੀ ਹੈਗੀ ਆ, ਠੀਕ ਹੈ, ਕਿਹੜੀਆਂ ਬਿਮਾਰੀਆਂ ਨੇ। ਤਾਂ ਜੇ ਕਿਸੇ ਨੇ ਨੋਨ ਮੈਡੀਕਲ ਰੱਖਣੀ ਹੈ ਪਲੱਸ ਵਨ ਦੇ ਵਿੱਚ ਜਾ ਕੇ 10th ਦੇ ਵਿੱਚ, ਨਾ 10th ਤੋਂ ਬਾਅਦ, ਤਾਂ ਆਹ ਤੁਹਾਨੂੰ ਬੇਸਿਕ ਫੰਡਾਮੈਂਟਲਸ ਨੇ, ਜੇ ਇਹ ਕਲੀਅਰ ਨਹੀਂ ਹੈਗੇ ਤਾਂ ਬਾਇਓਲੋਜੀ ਉਹ ਕੀ ਪੜ੍ਹੇਗਾ, ਜੀਵ ਵਿਗਿਆਨ ਨੂੰ ਸਮਝ ਨਹੀਂ ਆਉਣਾ ਹੈਗਾ, ਠੀਕ ਹੈ, ਤਾਂ ਮੈਡੀਕਲ ਰੱਖਣ ਦਾ ਕੋਈ ਫਾਇਦਾ ਨਹੀਂ ਹੋਣਾ ਹੈਗਾ। ਭਾਵੇਂ ਤੁਸੀਂ ਪੰਜਾਬੀ 'ਚ ਪੜ੍ਹਦੇ ਪਏ ਹੋ, ਕੋਈ ਚੱਕਰ ਨਹੀਂ, ਇੰਗਲਿਸ਼ ਦੇ ਵਿੱਚ ਵੀ ਪਲੱਸ ਵਨ ਦੇ ਜਾ ਕੇ ਇੰਗਲਿਸ਼ ਨਾਲ ਮੈਡੀਕਲ ਪੜ੍ਹੇਗੇ ਹੋ, ਪਰ ਤੁਹਾਨੂੰ ਨਾਮ ਤਾਂ ਪਤਾ ਹੋਣਗੇ ਨਾ, ਤੁਹਾਨੂੰ ਆਈਡੀਆ ਤਾਂ ਕਲੀਅਰ ਹੋਏਗਾ ਨਾ, ਆਈਡੀਆ ਕਲੀਅਰ ਹੋਏਗਾ ਤੁਸੀਂ ਅੰਗਰੇਜ਼ੀ ਵਿੱਚ ਸਿੱਖ ਸਕਦੇ ਹੋ, ਠੀਕ ਹੈ ਨਾ। ਕਹਿੰਦਾ ਤੁਸੀਂ ਪੜ੍ਹ ਚੁੱਕੇ ਹੋ ਕਿ ਹਰੇਕ ਜੀਵ ਦੇ ਅਨੇਕ ਅੰਗ ਹੁੰਦੇ ਹਨ, ਤੁਸੀਂ 7ਵੀਂ ਜਮਾਤ ਵਿੱਚ ਪਾਚਕ ਅੰਗਾਂ ਦੇ ਬਾਰੇ ਪੜ੍ਹ ਚੁੱਕੇ ਹੋ, ਜੋ ਕਿ ਇਕੱਠੇ ਹੋ ਕੇ ਪਾਚਨ ਪ੍ਰਣਾਲੀ ਬਣਾਉਂਦੇ ਹਨ। ਕਿਸੇ ਵੀ ਪ੍ਰਣਾਲੀ ਵਿੱਚ ਹਰੇਕ ਅੰਗ ਆਪਣੀ ਅਲੱਗ ਅਲੱਗ ਕਿਰਿਆਵਾਂ ਕਰਦੇ ਹਨ, ਜਿਵੇਂ ਪਾਚਨ, ਸਵੈ ਅੰਗੀਕਰਨ, ਸੋਖਣ, ਠੀਕ ਹੈ, ਜਦੋਂ ਇਹ ਪੂਰੀ ਪਾਚਨ ਕਿਰਿਆ ਦੇ ਪਾਰਟ ਨੇ। ਪਾਚਨ ਕਰਨਾ, ਪਹਿਲਾਂ ਪਹਿਲਾਂ ਤਾਂ ਅਸੀਂ ਕੀ ਕਰਦੇ ਹਾਂ, ਖਾਣੇ ਨੂੰ ਚਬਾਉਂਦੇ ਹਾਂ, ਚਬਾਉਣ ਤੋਂ ਬਾਅਦ ਸਾਡੇ ਪੇਟ 'ਚ ਜਾਂਦਾ ਹੈ, ਪੇਟ 'ਚ ਜਾਣ ਤੋਂ ਬਾਅਦ ਉਹਨੂੰ ਪਚਾਇਆ ਜਾਂਦਾ ਹੈ, ਠੀਕ ਹੈ, ਸੋਖਿਆ ਜਾਂਦਾ ਹੈ, ਫਿਰ ਉਹਨੂੰ ਕਿੱਦਾਂ ਐਕਸਕ੍ਰੀਸ਼ਨ ਕੀਤੀ ਜਾਂਦੀ ਹੈ, ਮਲ ਤਿਆਗ ਕੀਤਾ ਜਾਂਦਾ ਹੈ, ਇਹ ਸਾਰੇ ਕਿਹਦੇ 'ਚ ਨਾ ਪਾਚਨ ਕਿਰਿਆ ਦੇ ਵਿੱਚ ਹੀ ਆਉਂਦੇ ਨੇ। ਇਸੇ ਤਰ੍ਹਾਂ ਪੌਦਿਆਂ ਦੇ ਭਿੰਨ ਭਿੰਨ ਅੰਗ ਵੀ ਭਿੰਨ ਭਿੰਨ ਕਿਰਿਆਵਾਂ ਕਾਰਜ ਕਰਦੇ ਹਨ। ਉਦਾਹਰਣ ਦੇ ਤੌਰ 'ਤੇ ਜੜ੍ਹ ਪਾਣੀ ਅਤੇ ਖਣਿਜ ਪਦਾਰਥ ਸੋਖਣ ਦਾ ਕੰਮ ਕਰਦੀ ਹੈ। ਤੁਸੀਂ 7ਵੀਂ ਜਮਾਤ ਵਿੱਚ ਪੜ੍ਹ ਚੁੱਕੇ ਹੋ ਕਿ ਪੱਤੇ ਭੋਜਨ ਪ੍ਰਕਾਸ਼ ਸੰਸ਼ਲੇਸ਼ਣ ਬਣਾਉਣ ਦਾ ਕੰਮ ਕਰਦੇ ਹਨ। ਕੀ ਕਰਦੇ ਨੇ? ਭੋਜਨ ਬਣਾਉਣ ਦਾ ਕੰਮ ਕਰਦੇ ਨੇ। ਉਹ ਕਿਰਿਆ ਨੂੰ ਕੀ ਕਹਿੰਦੇ ਨੇ? ਪ੍ਰਕਾਸ਼ ਸੰਸਲੇਸ਼ਣ। ਇਹਦੇ ਲਈ ਸਭ ਤੋਂ ਜ਼ਰੂਰੀ ਕੀ ਚੀਜ਼ ਹੁੰਦੀ ਆ? ਪ੍ਰਕਾਸ਼ ਹੀ ਜ਼ਰੂਰੀ ਹੁੰਦਾ, ਠੀਕ ਹੈ। ਤਾਂ ਦੇਖੋ, ਪ੍ਰਕਾਸ਼ ਜ਼ਰੂਰੀ ਆ, ਉਹ ਕਿਤੋਂ ਮਿਲਦਾ ਪਿਆ? ਸਨ ਤੋਂ ਮਿਲਦਾ ਪਿਆ, ਕਲੀਅਰ ਜੀ ਸਾਨੂੰ? ਕਹਿੰਦਾ ਹਰੇਕ ਅੰਗ ਛੋਟੇ ਛੋਟੇ ਭਾਗਾਂ ਤੋਂ ਬਣਿਆ ਹੁੰਦਾ ਹੈ, ਜਿਸ ਨੂੰ ਕੀ ਕਹਿੰਦੇ ਆ? ਟਿਸ਼ੂ। ਤੁਹਾਨੂੰ ਇਹ ਗੱਲ ਕਲੀਅਰ ਹੋ ਗਈ ਹੋਣੀ ਨਾ। ਤਾਂ ਟਿਸ਼ੂ ਅੰਗ ਕਿਤੋਂ ਬਣੇ ਨੇ? ਟਿਸ਼ੂ, ਟਿਸ਼ੂ ਕਿਤੋਂ ਬਣੇ ਨੇ? ਸੈੱਲਾਂ ਤੋਂ। ਸੈੱਲ ਕੀ ਹੈ? ਸਭ ਤੋਂ ਛੋਟੀ ਇਕਾਈ। ਸੈੱਲ ਹੀ ਤਾਂ ਪੜ੍ਹਨਾ, ਸੈੱਲ ਸਮਝਾਂਗੇ ਤਾਂ ਪਤਾ ਲੱਗੇਗਾ ਟਿਸ਼ੂ ਕਿੱਦਾਂ ਬਣੇ ਨੇ, ਟਿਸ਼ੂ ਪਤਾ ਲੱਗੇਗਾ ਤਾਂ ਅੰਗ ਕਿੱਦਾਂ ਬਣੇ ਨੇ, ਅੰਗਾਂ ਤੋਂ ਪਤਾ ਲੱਗੇਗਾ ਸਾਡੀ ਬੋਡੀ ਕਿੱਦਾਂ ਬਣੀ ਆ, ਅਤੇ ਉਹ ਤੋਂ ਪਤਾ ਲੱਗੇਗਾ ਫਿਰ ਜਿਹੜੇ ਡਿਜ਼ੀਜ਼ ਨੇ ਜਾਂ ਬਿਮਾਰੀਆਂ ਨੇ ਉਹ ਕਿੱਦਾਂ ਲੱਗਦੀਆਂ ਨੇ, ਕਲੀਅਰ ਹੈ ਚੀਜ਼। ਤਾਂ ਜਿਹੜੇ ਅੰਗ ਪੜ੍ਹਨੇ ਨੇ ਤਾਂ ਅੰਗਾਂ ਦੇ, ਜਦੋਂ ਅੰਗ ਕੰਬਾਈਨ ਹੋ ਕੇ ਕੀ ਬਣਾਉਂਦੇ ਨੇ? ਅੰਗ ਦੀਆਂ ਪ੍ਰਣਾਲੀ, ਅੰਗ ਪ੍ਰਣਾਲੀ। ਉਹਦੇ ਵਿੱਚ ਤੁਹਾਡੇ ਕੋਲ ਕੀ ਆਏਗਾ? ਸਾਹ ਪ੍ਰਣਾਲੀ ਆ ਜਾਏਗੀ ਨਾ, ਸਾਹ ਕਿੱਦਾਂ ਲੈਂਦੇ ਹਾਂ, ਲਹੂ ਗੇੜ ਪ੍ਰਣਾਲੀ, ਸਾਡਾ ਸਰਕੂਲੇਸ਼ਨ ਕਿੱਦਾਂ ਚੱਲਦੀ ਆ, ਫਿਰ ਇੱਦਾਂ ਟਰਾਂਸਪੋਰਟੇਸ਼ਨ ਆ ਜਾਏਗੀ ਸਾਡੇ ਕੋਲ, ਠੀਕ ਹੈ, ਰੈਸਪੀਰੇਸ਼ਨ ਆ ਜਾਏਗੀ ਸਾਡੇ ਕੋਲ, ਠੀਕ ਹੈ। ਇਹ ਸਾਰੀਆਂ ਅਸੀਂ ਇਹ ਚੀਜ਼ ਵਿੱਚ ਦੇਖਾਂਗੇ। ਭੇਲੀ ਨੂੰ ਸਮਝ ਆ ਗਿਆ ਸੀ ਕਿ ਅੰਗ ਟਿਸ਼ੂਆਂ ਤੋਂ ਬਣੇ ਹੁੰਦੇ ਹਨ ਅਤੇ ਟਿਸ਼ੂ ਸੈੱਲਾਂ ਤੋਂ ਬਣੇ ਹੁੰਦੇ ਹਨ। ਸੰਜੀਵਾਂ ਦੀ ਮੁੱਢਲੀ ਰਚਨਾਤਮਕ ਇਕਾਈ ਕੀ ਆ? ਸੈੱਲ ਹੈ। ਸੈੱਲ ਦੇ ਭਾਗ ਕਿਹੜੇ ਕਿਹੜੇ ਨੇ? ਕਲੀਅਰ ਚੀਜ਼। ਸੈੱਲ ਨੂੰ ਸਮਝਣ ਦੇ ਲਈ ਕੀ ਕਰੋ, ਆਪਾਂ ਨਾਲ ਦੀ ਨਾਲ ਕੀ ਕਰਾਂਗੇ, ਇੱਕ ਥੋੜ੍ਹਾ ਜਿਹਾ ਆਈਡੀਆ ਲੈ ਕੇ ਚੱਲਾਂਗੇ, ਠੀਕ ਹੈ। ਸੈੱਲ ਨੂੰ ਆਪਾਂ ਇੱਦਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਮੰਨ ਲਓ ਸੈੱਲ ਤੁਹਾਡਾ ਕੀ ਹੈ? ਇੱਕ ਸਕੂਲ ਹੈ, ਠੀਕ ਹੈ। ਜਿਵੇਂ ਮੰਨ ਲਓ ਸੈੱਲ ਕੀ ਹੈ? ਜਾਂ ਤੁਹਾਡਾ ਘਰ ਹੈ, ਘਰ ਦੇ ਬਾਹਰ ਇੱਕ ਚਾਰ ਦੀਵਾਰੀ ਹੁੰਦੀ ਆ, ਠੀਕ ਹੈ। ਇਹ ਕੀ ਮੰਨ ਲਓ ਕੀਤੀ ਹੋਈ ਹੈ? ਚਾਰ ਦੀਵਾਰੀ ਕੀਤੀ ਹੋਈ ਆ। ਉਹਦੇ ਵਿੱਚ ਘਰ ਕੀ ਬਣਾਇਆ ਤੁਸੀਂ? ਆਪਣਾ ਅੰਦਰ ਕੀ ਬਣਾਇਆ ਹੋਇਆ? ਮੇਨ ਆਪਣਾ ਕੀ ਪਾਇਆ ਹੋਇਆ? ਘਰ ਪਾਇਆ ਹੋਇਆ ਹੈ। ਜਿਹੜਾ ਘਰ ਹੈ ਇਹਨੂੰ ਅਸੀਂ ਕੀ ਬੋਲਾਂਗੇ? ਕੇਂਦਰਕ ਬੋਲਾਂਗੇ। ਜੇ ਸਕੂਲ ਦੀ ਐਗਜ਼ਾਮਪਲ ਲੈਂਦੇ ਹੋ ਤਾਂ ਸਕੂਲ ਦੀ ਚਾਰ ਦੀਵਾਰੀ ਹੋਏਗੀ, ਠੀਕ ਹੈ ਜੀ। ਸਕੂਲ ਕਿਹਦੇ ਕੋਲ ਆ ਗਿਆ? ਤੁਹਾਡੇ ਸੈੱਲ ਦੇ ਕੋਲ ਆ ਗਿਆ, ਜਿਹੜੀ ਇਹਦੀ ਚਾਰ ਦੀਵਾਰੀ ਹੋਏਗੀ ਸਕੂਲ ਦੀ, ਠੀਕ ਹੈ। ਇੱਦਾਂ ਹੀ ਸੈੱਲ ਦੇ ਵਿੱਚ ਵੀ ਕੀ ਹੋਏਗੀ? ਇੱਕ ਚਾਰ ਦੀਵਾਰੀ ਹੋਏਗੀ। ਉਹਦੇ ਵਿੱਚ ਕੀ ਹੋਏਗਾ? ਇੱਕ ਪ੍ਰਿੰਸੀਪਲ ਦਾ ਰੂਮ ਹੋਏਗਾ, ਆਫਿਸ ਹੋਏਗਾ। ਉਹ ਕੀ ਹੋਏਗਾ? ਕੇਂਦਰਕ ਹੋਏਗਾ, ਜਿਹਨੂੰ ਅਸੀਂ ਕੀ ਬੋਲਾਂਗੇ? ਨਿਊਕਲੀਅਸ ਬੋਲਾਂਗੇ। ਕਲੀਅਰ ਚੀਜ਼। ਕੇਂਦਰਕ ਹੋਏਗਾ, ਉਹਦੇ 'ਚ ਬਾਕੀ ਡਿਪਾਰਟਮੈਂਟ ਵੀ ਹੁੰਦੇ ਨੇ ਅਲੱਗ ਅਲੱਗ, ਠੀਕ ਹੈ। ਸਾਰੇ ਅਲੱਗ ਅਲੱਗ ਡਿਪਾਰਟਮੈਂਟ ਹੁੰਦੇ ਆ। ਇੱਦਾਂ ਹੀ ਘਰ ਦੇ ਵਿੱਚ ਵੀ ਅਲੱਗ ਅਲੱਗ ਡਿਪਾਰਟਮੈਂਟ ਹੁੰਦੇ ਨੇ। ਘਰ ਦੇ ਵਿੱਚ ਰਸੋਈ ਹੁੰਦੀ ਹੈ, ਤਾਂ ਰਸੋਈ ਤੋਂ ਕੀ ਬਣਦਾ ਹੈ? ਖਾਣਾ ਬਣਦਾ ਹੈ। ਇੱਦਾਂ ਹੀ ਸਾਡੇ ਸੈੱਲ ਦੇ ਵਿੱਚ ਵੀ ਕੋਈ ਜਗ੍ਹਾ ਹੋਏਗੀ ਜਿੱਥੇ ਸਾਨੂੰ ਖਾਣਾ ਤਿਆਰ ਹੋਏਗਾ, ਜਿੱਥੇ ਸਾਨੂੰ એનર્ਜੀ ਮਿਲੇਗੀ। ਸਾਡੇ ਘਰ ਦੇ ਵਿੱਚ ਕੀ ਹੁੰਦਾ ਹੈ? ਇੱਕ ਅਸੀਂ ਕੂੜਾਦਾਨ ਲਈ ਇੱਕ ਅਲੱਗ ਬਾਲਟੀ ਲਗਾਈ ਹੁੰਦੀ ਹੈ, ਜਾਂ ਕੁਝ ਡਸਟਬਿਨ ਲਗਾਇਆ ਹੁੰਦਾ ਜਿਹਦੇ 'ਚ ਕੂੜਾ ਸੁੱਟਦੇ ਹਾਂ। ਇਹਦੇ ਉਹਦੇ ਵਿੱਚ ਵੀ ਕੂੜਾ ਸੁੱਟਣ ਲਈ ਕੁਝ ਸੈੱਲ ਦੇ ਵਿੱਚ ਕੁਝ ਚੀਜ਼ ਹੋਏਗੀ, ਸਾਰੀਆਂ ਚੀਜ਼ਾਂ, ਠੀਕ ਹੈ। ਇੱਦਾਂ ਹੀ ਜਿਵੇਂ ਸਾਡੀ ਸਕੂਲ ਹੈ, ਉੱਦਾਂ ਹੀ ਸਾਡਾ ਕੀ ਹੈ? ਸੈੱਲ ਹੈ। ਅਸੀਂ ਇੱਦਾਂ ਸਮਝ ਇਹਨੂੰ ਸਮਝਣਾ ਹੈ, ਠੀਕ ਹੈ। ਪ੍ਰੋਪਰ ਇਹ ਲਿਵਿੰਗ ਚੀਜ਼ ਹੈ, ਪ੍ਰੋਪਰ ਇਹ ਰੋਜ਼ ਦੇ ਬਣਦੇ ਨੇ, ਰੋਜ਼ ਦੇ ਸੈੱਲ ਟੁੱਟਦੇ ਨੇ, ਲੱਖਾਂ ਸੈੱਲ ਬਣਦੇ ਨੇ, ਲੱਖਾਂ ਸੈੱਲ ਟੁੱਟਦੇ ਨੇ ਸਾਡੇ, ਠੀਕ ਹੈ। ਸੈੱਲ ਦੇ ਮੂਲ ਅੰਸ਼ ਹਨ ਸੈੱਲ ਝਿੱਲੀ, ਸੈੱਲ ਪਦਾਰਥ, ਸਾਈਟੋਪਲਾਜ਼ਮ। ਸੈੱਲ ਪਦਾਰਥ ਕੀ ਹੈ? ਸੈੱਲ ਪਦਾਰਥ ਨੂੰ ਅੰਗਰੇਜ਼ੀ 'ਚ ਕੀ ਬੋਲਦੇ? ਸਾਈਟੋਪਲਾਜ਼ਮ। ਅਤੇ ਕੇਂਦਰਕ, ਚਿੱਤਰ 8.7, ਸੈੱਲ ਪਦਾਰਥ। ਅੱਛਾ, ਪਹਿਲਾਂ ਇਹਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕੀ ਆ ਸਾਡੇ ਕੋਲ, ਕਿਉਂਕਿ ਇਹ
ठीक है, आ दो इमेजेस ले लेने आपां, आ साडे कोल की है सैल है, ठीक है। तुसीं इहदे विच बाकी यूट्यूब ते जाके वीडियो देखेंगे हो तुहानूं होर क्लीयर होएगा, सैल है आ पूरा की है तुहाडे कोल की एक सैल है। सैल दे बाहर जिहड़ी चीज़ हैगी तुहाडे कोल, सैल दे बाहर तुहाडे कोल की है जिहड़ी सैल दी आउटर लेयर होएगी उहनूं तुसीं की नाम देना है, जिहड़ी सैल दी आउटर लेयर होगी उहनूं असीं की नाम दे देना है, सैल झिल्ली। मतलब इदा मान के चलो सब तो पहला एक बार की चीज़ हैगी तुहाडे कोल सैल दी झिल्ली, ये तुहाडे कोल की है सैल मैंबरेन, क्लीयर चीज़ आ लिखिया इन्होंने सैल मैंबरेन, ये तुहाडे कोल की है सैल झिल्ली, क्लीयर चीज़। उस तों दूजी की लिखी है साइटोप्लाज़म, साइटोप्लाज़म नूं असीं की कहा सी सैल पदार्थ, सैल पदार्थ एक्चुअली की हुंदा एक लिक्विड है जैली वाला वर्गा पदार्थ हुंदा। तुसीं कदे बॉल देखी है बच्चों की टॉय वाली बॉल आती हुंदी है जिहदे विच लाइट जगदी हुंदी है, उहदे विच पानी भरिया हुंदा ते विच स्पार्कल भी भरे हुंदे ने, है ना, उहनूं छुट्टो विच लाइटां जगदियां हुंदियां ने, बच्चों की एक टॉय हुंदी ने गेंद हुंदी है, जिहड़ा पानी भरिया होया ना विच उहड़ा पानी वर्गा तुहानूं दिखदा है उहनूं तुसीं की मान सकदे हो साइटोप्लाज़म मान सकदे हो, उह तुहाडे कोल की सैल पदार्थ है, इहदे विच ही सब कुछ तैरदा रहिंदा है। विच सब तों विचकार तुहाडे कोल इत्थे इक विचकार की हुंदा है, इह सारे पानी दे विच तैरदे ही पए ने, इह तुहाडे कोल की है केंद्रक, केंद्रक तुहाडे कोल की है न्यूक्लियस, क्लीयर चीज़। इन्हें चीज़ें समझ आ गई, ये तुहानूं अठवीं क्लास के सिर्फ आ तीन नाम ही आते हैं सैल मैंबरेन साइटोप्लाज़म तो न्यूक्लीयस, जिहड़ियां बाकी चीज़ा ने सारियाँ, ठीक है, गोल्जी अपरेटस राइबोसोम्स लाइजोसोम्स एंडोप्लास्टिकम रेक्टलगम इन्हू बोलते हैं ER DNA, ये सारे असी की पढ़ांगे माइटोकॉन्ड्रिया, ये सारे नाइनथ क्लास के डिटेल आते हैं। तो तीन चीज़ें तुहानूं आ गई, मतलब जी सब तो बाहरली झिल्ली है, बाहरली झिल्ली है वो की है सैल झिल्ली होगी, ठीक है, इन्ना तुहानूं आइडिया क्लीयर होना चाहिए हुण, ठीक है। हुण मैं एक सैल का डायग्राम बनाना, यह सैल झिल्ली है, ये की है सेंटर दे विच की है एक आ की है केंद्रक, इहनूं असीं की नाम दिंदे हां न्यूक्लीयस। ओके देखो तुसीं जदों फिजिक्स पढ़ते हो भौतिक विज्ञान पढ़ते हो उहदे विच भी जदों तुसीं एटम पढ़ते हो, जदों एटम पढ़ते हो ना तो उहदे विच भी जिहड़ा सब तो सेंटर पार्ट है उहनूं तुसीं की बोलते हो न्यूक्लीयस बोलते हो, उहदे विच तुहाडे कोल की हुंदे ने प्रोटोन प्लस न्यूट्रॉन होंगे ने, पर तुसीं विच पढ़ते हो भौतिक विज्ञान च पढ़ते पे हो, ये की पढ़ते हो जीव विज्ञान, ये साडी बॉडी का सैल है, ये साडे कोल की आ पदार्थ की सब तो छोटी इकाई जिहदा विभाजन विभाजन नहीं किया जा सकता। अच्छा इहदे विच की हुंदा है, देखो इहदे विच तां मतलब लिक्विड सीगा, आ मान लो मैं लिक्विड बना रहा पीले रंग का, जिहड़ा लिक्विड है ये तुहाडे कोल की आ साइटोप्लाज़म, जिहदा मतलब की आ सैल पदार्थ, तो वह की आ लिक्विड फॉर्म दे विच है, मतलब असीं इहनूं की बोलते हैं फ्लूइड है, वो फ्लूइड वो चीज़ जिहड़ी वह सकती है, हवा वहिंदी है, हवा नूं भी फ्लूइड बोल देंदे, इस करके पानी वहिंदा है, पानी भी की है फ्लूइड है, ठीक है जी। तो सैल पदार्थ ने इहदे विच की होणगे, वो सारी चीज़ां तैरदियां रहिंदियां ने, माइटोकॉन्ड्रिया तैरदा है, वैक्यूल्स तैरदे ने, गोल्जी अपरेटस गोल्जी बॉडी, आपां नूं अंग्रेजी च नाम ने, पंजाबी च इहदे नाम नहीं हैगे, क्लीयर हुई चीज़ इन्नी गल, ठीक है। यूट्यूब ते वीडियो देख देख लैंदे कोई छोटी मोटी जे सानूं कोई लभदी है, ये एक पई है बायोलॉजिकल सैल स्ट्रक्चर न्यूक्लियस मीडिया, ठीक है, ये देख लियो, ये तुहानूं देख के बहुत क्लीयर समझ आ जाएगा। प्रॉपर समझाया ओवरव्यू ऑफ सैल स्ट्रक्चर च पूरा समझाया, वीडियो जरूर देख लियो बायोलॉजिकल सैल स्ट्रक्चर न्यूक्लियस मीडिया न्यूक्लियस मेडिकल मीडिया की, ये तुहानूं क्लीयर हो जाएगा, ठीक है। आ देखो पूरा सैल है लिक्विड वर्गा, ठीक है, कहिंदा आ चीज़ें कॉमन होणगे सारे विच, आ तुहानूं जिहड़े विचकार दिखदा सेंटर च, ये तुहाडे कोल की आ अंदर जैली वर्गा पदार्थ भी है, बाहर की आ सैल मैंबरेन सैल झिल्ली है, ये पूरी वीडियो देख लियो एक बारी, बहुत अच्छी वीडियो बनाई हुई है इन्होंने, ठीक है, नाम भी नाल नाल दसे जाणगे ये, ठीक है। पंजाबी विच कोई चक्कर नहीं, सब कुछ चीज़ अवेलेबल है, तुसीं पहले पंजाबी एक बारी नाम याद कर लो, अंग्रेजी वीडियो देख लो, तुहानूं सब चीज़ां समझ आ जाणगियां, नहीं है कि उहदे तां नाम पंजाबी च ने, असीं तुसीं पंजाबी च नाम पढ़दे ना अंग्रेजी च भी उही नाम ने, कोई बदल नहीं जाने, बस सैल मैंबरेन दा की नाम रखना, मैंबरेन सैल दा तां सैल ही होगा, झिल्ली की होगी मैंबरेन होगी, झिल्ली की हुंदी है उह चीज़ इह लाइक परदे वांगू आ, ठीक है, कपड़े दा जिवें इक जाली है तुहाडे कोल या लाइक चुन्नी है, ठीक है, जिहदे विच्चों चीज़ आर पार हो सकदी है, उह की है मैंबरेन है। सैल दे मूल अंश पहली की चीज़ होगी सैल झिल्ली, दूजी की हो गया सैल पदार्थ, वह की है साइटोप्लाज़म, तीजा की है केंद्रक। सैल पदार्थ अते केंद्रक सैल झिल्ली नाल घिरे हुंदे हन, मतलब जिहड़ा सैल पदार्थ है इहदे विच की हो गया, देखो आ की सी मेरे कोल केंद्रक,
ਕੇਂਦਰਕ ਦੇ ਆਸੇ ਪਾਸੇ ਵੀ ਕੀ ਹੁੰਦੀ ਹੈ? ਇੱਕ ਝਿੱਲੀ ਹੁੰਦੀ ਹੈ, ਠੀਕ ਹੈ। ਇਹ ਸਾਈਟੋਪਲਾਜ਼ਮ ਦੇ ਆਸੇ ਪਾਸੇ ਵੀ ਕੀ ਆ? ਝਿੱਲੀ ਆ। ਇੱਕ ਤਾਂ ਬਾਹਰ ਵਾਲੀ ਝਿੱਲੀ ਹੋ ਗਈ, ਠੀਕ ਹੈ, ਇੱਕ ਤਾਂ ਬਾਹਰ ਝਿੱਲੀ ਹੋ ਗਈ, ਇਹ ਮੇਰੇ ਕੋਲ ਕੀ ਹੋ ਗਈ? ਸੈੱਲ ਮੈਂਬਰੇਨ। ਅਤੇ ਜਿਹੜੀ ਕੇਂਦਰਕ, ਜਿਹੜੀ ਨਿਊਕਲੀਅਸ ਦੇ ਆਸੇ ਪਾਸੇ ਝਿੱਲੀ ਆ, ਉਹ ਮੇਰੇ ਕੋਲ ਕੀ ਹੋ ਗਈ? ਨਿਊਕਲੀਅਰ ਮੈਂਬਰੇਨ। ਕਲੀਅਰ ਚੀਜ਼? ਉਹਨੂੰ ਕੀ ਕਹਿੰਦੇ ਹੋ? ਕੇਂਦਰਕ ਝਿੱਲੀ, ਕੇਂਦਰਕ ਝਿੱਲੀ, ਮਤਲਬ ਦੋ ਝਿੱਲੀਆਂ ਆ ਗਈਆਂ, ਕਲੀਅਰ ਹੈ। ਸੈੱਲ ਝਿੱਲੀ ਇੱਕ ਸੈੱਲ ਨੂੰ ਦੂਜੇ ਸੈੱਲ ਨਾਲੋਂ ਅਤੇ ਸੈੱਲਾਂ ਦੇ ਆਲੇ ਦੁਆਲੇ ਮਾਧਿਅਮ ਤੋਂ ਨਿਖੇੜ ਕਰਦੀ ਆ। ਮੰਨ ਲਓ ਜਿੱਦਾਂ ਤੁਸੀਂ ਕੱਪੜੇ ਪਾਏ ਹੋਏ ਨੇ, ਹੈ ਨਾ, ਤੁਸੀਂ ਜਿਹੜੇ ਕੱਪੜੇ ਪਾਏ ਨੇ ਉਹ ਕੀ ਆ? ਤੁਹਾਡੇ ਜਿਹੜੇ ਤੁਸੀਂ ਕੱਪੜੇ ਪਾਏ ਨੇ ਉਹ ਕੀ ਆ? ਤੁਹਾਡੀ ਝਿੱਲੀ ਆ, ਠੀਕ ਹੈ, ਤੁਹਾਡੀ ਬੋਡੀ ਦੀ ਕੀ ਆ? ਝਿੱਲੀ ਆ, ਇੱਕ ਤਰੀਕੇ ਨਾਲ ਸਮਝ ਸਕਦੇ ਹਾਂ, ਕਲੀਅਰ ਚੀਜ਼ ਹੈ। ਜਿਵੇਂ ਆਲੂ ਲੈ ਲਓ, ਆਲੂ ਦੀ ਜਿਹੜੀ ਬਾਹਰਲੀ ਚੀਜ਼ ਹੈਗੀ ਆ, ਬਾਹਰਲੀ ਜਿਹੜੀ ਲੇਅਰ ਹੈ ਉਹ ਵੀ ਕੀ ਹੈ? ਇੱਕ ਮੰਨ ਲਓ ਝਿੱਲੀ ਦੀ ਤਰ੍ਹਾਂ ਹੀ ਆ, ਉਹ ਕੀ ਹੈ? ਸੈੱਲ ਮੈਂਬਰੇਨ ਆ। ਜਿਹਦੇ ਅੰਦਰ ਸੈਂਟਰ 'ਚ ਕੋਈ ਚੀਜ਼ ਪਈ ਹੁੰਦੀ ਉਹਦੇ ਉੱਤੇ ਵੀ ਕਵਰ ਕੀਤਾ ਹੁੰਦਾ, ਉਹਨੂੰ ਵੀ ਅੰਦਰ ਢਕਿਆ ਹੁੰਦਾ, ਉਹ ਤੁਹਾਡੇ ਕੋਲ ਕੀ ਆ? ਨਿਊਕਲੀਅਰ ਮੈਂਬਰੇਨ। ਕਲੀਅਰ ਚੀਜ਼? ਸੈੱਲ ਝਿੱਲੀ ਨੂੰ ਜਿਸ ਨੂੰ ਪਲਾਜ਼ਮਾ ਝਿੱਲੀ ਵੀ ਕਹਿੰਦੇ ਹਨ, ਠੀਕ ਹੈ, ਇਹਦਾ ਜਿਹੜੀ ਸੈੱਲ ਝਿੱਲੀ ਦਾ ਦੂਜਾ ਨਾਮ ਕੀ ਆ? ਸੈੱਲ ਮੈਂਬਰੇਨ ਦਾ ਦੂਜਾ ਨਾਮ ਕੀ ਆ? ਪਲਾਜ਼ਮਾ ਮੈਂਬਰੇਨ। ਇਹ ਵੀ ਯਾਦ ਰੱਖਣਾ ਤੁਸੀਂ, ਪਲਾਜ਼ਮਾ ਮੈਂਬਰੇਨ ਮੈਂਬਰੇਨ ਵੀ ਕਹਿੰਦੇ ਹਨ। ਇਹ ਮੁਸਾਮਦਾਰ ਹੁੰਦੀ ਆ, ਮੁਸਾਮਦਾਮ ਜਿਹਦੇ ਵਿੱਚ ਕੀ ਹੁੰਦੀਆਂ ਨੇ? ਮੋਰੀਆਂ ਹੋਣਗੀਆਂ, ਜਿਹਦੇ ਵਿੱਚ ਕੀ ਹੁੰਦੀਆਂ ਨੇ? ਮੋਰੀਆਂ ਹੁੰਦੀਆਂ ਨੇ, ਮੁਸਾਮ ਹੁੰਦੇ ਨੇ, ਮੁਸਾਮ ਕਹਿੰਦੇ ਛੋਟੇ ਛੋਟੇ ਹੋਲਸ ਹੁੰਦੇ ਨੇ, ਪੋਰਸ ਅਸੀਂ ਇੰਗਲਿਸ਼ ਬੋਲਦੇ ਹਾਂ, ਪੋਰਸ ਹੁੰਦੇ ਨੇ ਜਿਹਨਾਂ ਵਿੱਚ ਚੀਜ਼ ਅੰਦਰ ਬਾਹਰ ਆ ਸਕਦੀ ਆ। ਜਿਹੜੀ ਸਾਡੀ ਖਿੜਕੀ ਹੁੰਦੀ ਨੇ, ਜਾਲੀ ਵਾਲੀ ਖਿੜਕੀ, ਜਾਲੀ ਮੁਸਾਮਦਾਰ ਹੁੰਦੀ ਆ, ਉਹ 'ਚ ਜਦੋਂ ਅੰਦਰ ਠੰਡੀ ਹਵਾ ਆ ਸਕਦੀ ਹੈ ਅਤੇ ਬਾਹਰ ਹਵਾ ਜਾ ਸਕਦੀ ਹੈ, ਵੈਂਟੀਲੇਸ਼ਨ ਪ੍ਰੋਪਰ ਹੁੰਦੀ ਹੈ ਨਾ, ਜੋ ਚੋਣਵੇਂ ਪਦਾਰਥਾਂ ਨੂੰ ਸੈੱਲ ਦੇ ਅੰਦਰ ਬਾਹਰ ਆਉਣ ਜਾਣ ਦਿੰਦੀ ਆ। ਜਿਹੜੇ ਸੈੱਲ ਦੇ ਪਦਾਰਥਾਂ ਨੂੰ ਅੰਦਰ ਬਾਹਰ ਆਉਣ ਜਾਣ ਦੀ ਦਿੰਦੀ। ਅਸੀਂ ਦੇਖੋ ਨਮਕ ਖਾਂਦੇ ਹਾਂ, ਚੀਨੀ ਖਾਂਦੇ ਹਾਂ, ਸਭ ਕੁਝ ਖਾਂਦੇ ਹਾਂ ਨਾ, ਇਹ ਸੈੱਲ ਨੂੰ ਦੇ ਲਈ ਲੋੜ ਹੁੰਦੀ ਹੈ ਸਾਰੀ ਚੀਜ਼ਾਂ ਦੀ। ਇਹੀ ਜਿਹੜੀਆਂ ਚਾਹੀਦੀਆਂ ਹੋਣਗੀਆਂ ਰੱਖੀਆਂ ਜਾਂਦੀਆਂ, ਜਿਹੜੀਆਂ ਨਹੀਂ ਚਾਹੀਦੀਆਂ ਨੂੰ ਆਪਾਂ ਬਾਹਰ ਕੱਢ ਦਿੰਦੇ ਹਾਂ, ਠੀਕ ਹੈ। ਉਹ ਕਹਿੰਦਾ ਕਿਸੇ ਸੈੱਲ ਦੇ ਮੂਲ ਸੰਗਠਨਾਂ ਅੰਸ਼ਾਂ ਦਾ ਅਧਿਐਨ ਕਰਨ ਲਈ ਇੱਕ ਪਿਆਜ਼ ਲਓ, ਉੱਪਰਲੇ ਸੁੱਕੇ ਪਿਆਜ਼ੀ ਰੰਗ ਦੇ ਛਿਲਕੇ ਉਤਾਰ ਦਿਓ। ਹੁਣ ਪਿਆਜ਼ ਦੇ ਅੰਦਰਲੀ ਗੁੱਦੇਦਾਰ ਸਫੈਦ ਪਰਤਾਂ ਵਿੱਚੋਂ ਚਿਮਟੇ ਦੀ ਸਹਾਇਤਾ ਦੇ ਨਾਲ ਹੱਥ ਨਾਲ ਤੋੜ ਕੇ ਪਤਲੀ ਝਿੱਲੀ ਅਲੱਗ ਕਰ ਲਓ। ਹੈ ਨਾ, ਤੁਸੀਂ ਪਿਆਜ਼ 'ਤੇ ਦੇਖੀ ਹੋਣੀ ਹੈ ਇੱਕ ਝਿੱਲੀ ਬਣੀ ਹੁੰਦੀ ਹੈ, ਉਹ ਲਾ ਲਓ। ਪਿਆਜ਼ ਦੀ ਇਸ ਝਿੱਲੀ ਦਾ ਇੱਕ ਛੋਟਾ ਜਿਹਾ ਟੁਕੜਾ ਕੱਚ ਦੀ ਸਲਾਈਡ ਉੱਪਰ ਰੱਖੋ। ਝਿੱਲੀ ਦੇ ਛੋਟੇ ਛੋਟੇ ਟੁਕੜੇ ਬਲੇਡ ਜਾਂ ਚਿਮਟੇ ਦੀ ਨਾਲ ਵੀ ਕੀਤੇ ਜਾ ਸਕਦੇ ਹਨ। ਹੁਣ ਇਸ ਛੋਟੇ ਟੁਕੜੇ 'ਤੇ ਇੱਕ ਬੂੰਦ ਪਾਣੀ ਦੀ ਪਾਓ, ਇਸ ਉੱਤੇ ਮਿਥਾਈਲੀਨ ਬਲੂ ਨੀਲੇ ਦੀ ਇੱਕ ਬੂੰਦ ਪਾ ਕੇ ਕਵਰ ਸਲਿੱਪ ਨਾਲ ਢੱਕ ਦਿਓ। ਉਹਦੇ ਉੱਤੇ ਕੀ ਕਰ ਦਿਓ? ਇੱਕ ਹੋਰ ਸਲਿੱਪ ਰੱਖ ਦਿਓ, ਸਲਾਈਡ ਦੇ ਉੱਪਰ ਇੱਕ ਹੋਰ ਸਲਾਈਡ ਰੱਖ ਦਿਓ। ਕਵਰ ਸਲਿੱਪ ਰੱਖਣ ਸਮੇਂ ਇਸ ਦਾ ਕੱਲ ਧਿਆਨ ਰੱਖੋ ਕਿ ਕਵਰ ਸਲਿੱਪ ਦੇ ਅੰਦਰ ਹਵਾ ਦੇ ਬੁਲਬਲੇ ਨਾ ਹੋਣ। ਸੂਖਮ ਦਰਸ਼ੀ ਦੇ ਹੇਠਾਂ ਸਲਾਈਡ ਨਿਰੀਖਣ ਕਰੋ, ਇਸ ਚਿੱਤਰ ਨਾਲ ਇਸ ਦਾ ਚਿੱਤਰ ਬਣਾ ਕੇ ਲੇਬਲ ਕਰੋ। ਇਸ ਦੀ ਤੁਲਨਾ ਵਿੱਚ ਤੁਸੀਂ ਕੀ ਕਰ ਸਕਦੇ ਹੋ? ਤੁਹਾਨੂੰ ਕੀ ਦੇਖਣ ਨੂੰ ਮਿਲੇਗਾ? ਆਹ ਮਿਲੇਗਾ ਤੁਹਾਨੂੰ, ਠੀਕ ਹੈ ਜੀ। ਪਿਆਜ਼ ਦੀ ਝਿੱਲੀ ਦੇ ਸੈੱਲ ਬਾਹਰੋਂ ਸੈੱਲ ਝਿੱਲੀ ਨਾਲ ਘਿਰੇ ਹੁੰਦੇ ਹਨ, ਮਤਲਬ ਜਿਹੜੇ ਆਹ ਦੇਖੋ ਇਸ ਦਿਖਦੇ ਪਏ ਨਾ ਤੁਹਾਨੂੰ ਸੈੱਲ, ਆਹ ਜਿਹੜੀ ਚੀਜ਼ ਇੱਕ ਦਿਖਦੀ ਪਈ ਹੈ, ਆਹ ਤੁਹਾਡੇ ਕੋਲ ਕੀ ਹੈ? ਇੱਕ ਬਣਾ ਦਿੰਦਾ, ਆਹ ਤੁਹਾਡੇ ਕੋਲ ਕੀ ਇੱਕ ਸੈੱਲ ਹੈ, ਇਹਦੇ ਵਿੱਚ ਇੱਥੇ ਕੀ ਇੱਕ ਡੋਟ ਹੈ ਨਾ, ਇੱਦਾਂ ਹੀ ਇੱਥੇ ਕੀ ਇੱਕ ਆਹ ਸੈੱਲ ਹੈ, ਇਹਦੀ ਬਾਹਰ ਕੀ ਹੋਏਗੀ? ਇੱਕ ਝਿੱਲੀ ਹੋਏਗੀ, ਇਹਦੇ ਬਾਰੇ ਵੀ ਕੀ ਆ? ਝਿੱਲੀ ਆ। ਮਤਲਬ ਦੇਖੋ ਪਿਆਜ਼ ਦੀ ਝਿੱਲੀ ਦੇ ਸੈੱਲ, ਇੱਦਾਂ ਮਤਲਬ ਪਿਆਜ਼ ਦੇ ਸੈੱਲ ਬਾਹਰੋਂ ਸੈੱਲ ਝਿੱਲੀ ਨਾਲ ਘਿਰੇ ਹੁੰਦੇ ਹਨ। ਸੈੱਲ ਝਿੱਲੀ ਇੱਕ ਮੋਟੀ ਪਰਤ ਨਾਲ ਘਿਰੀ ਹੁੰਦੀ ਹੈ, ਜਿਸ ਨੂੰ ਸੈੱਲ ਕੰਧ ਕਹਿੰਦੇ ਨੇ। ਪਰ ਇਹਨਾਂ ਦੇ ਵਿੱਚ ਕੀ ਚੱਕਰ ਹੁੰਦਾ ਹੈ? ਇਹ ਪਲਾਂਟ ਸੈੱਲ ਦੇ ਵਿੱਚ ਕੀ ਹੁੰਦੀ ਆ? ਇੱਕ ਤਾਂ ਸੈੱਲ ਝਿੱਲੀ ਵੀ ਆ ਜਾਂਦੀ ਹੈ, ਇੱਕ ਹੋਰ ਪਰਤ ਆ ਜਾਂਦੀ ਹੈ, ਦੋ ਪਰਤਾਂ ਹੁੰਦੀਆਂ ਨੇ, ਜਿਹਨੂੰ ਅਸੀਂ ਕਹਿੰਦੇ ਹਾਂ ਸੈੱਲ ਵਾਲ, ਠੀਕ ਹੈ। ਸੈੱਲ ਵਾਲ ਮਤਲਬ ਸੈੱਲ ਕੰਧ ਜਾਂ ਸੈੱਲ ਭਿੱਤੀ। ਇਹ ਜਿਹੜੇ ਅਸੀਂ ਜੀਵ ਹੈ ਸਾਡੇ ਵਿੱਚ ਨਹੀਂ ਹੈਗੀ, ਇਹ ਪਲਾਂਟ ਸੈੱਲ ਦੇ ਵਿੱਚ ਹੀ ਹੈ, ਇਹ ਖਾਸੀਅਤ ਹੈ। ਡਿਫਰੈਂਸ ਬਿਟਵੀਨ ਪਲਾਂਟ ਸੈੱਲ ਐਂਡ ਐਨੀਮਲ ਸੈੱਲ, ਕੀ ਫਰਕ ਹੋ ਗਿਆ? ਕਿ ਜਿਹੜੇ ਜੀਵ ਹੁੰਦੇ ਨੇ ਉਹਨਾਂ ਕੋਲ ਸੈੱਲ ਕੰਧ ਨਹੀਂ ਹੁੰਦੀ, ਪਰ ਜਿਹੜੇ ਇਹ ਪਲਾਂਟ ਨੇ ਉਹਨਾਂ ਕੋਲ ਕੀ ਹੁੰਦੀ ਹੈ? ਸੈੱਲ ਵਾਲ ਹੁੰਦੀ ਹੈ, ਸੈੱਲ ਕੰਧ ਹੁੰਦੀ ਹੈ। ਸੈੱਲ ਕੇਂਦਰਕ ਵਿੱਚ ਇੱਕ ਸੰਘਣੀ ਗੋਲਾਕਾਰ ਰਚਨਾ ਹੁੰਦੀ ਹੈ, ਜਿਸ ਨੂੰ ਕੇਂਦਰਕ ਕਹਿੰਦੇ ਨੇ। ਇਹਨਾਂ ਕੋਲ ਵੀ ਆਪਣਾ ਕੀ ਹੈਗਾ? ਕੇਂਦਰਕ ਹੈਗਾ ਹੈ। ਕੇਂਦਰਕ ਅਤੇ ਸੈੱਲ ਝਿੱਲੀ ਦੇ ਵਿਚਕਾਰ ਇੱਕ ਜੈਲੀ ਵਰਗਾ ਪਦਾਰਥ ਹੁੰਦਾ, ਜਿਸ ਨੂੰ ਸੈੱਲ ਪਦਾਰਥ ਜਾਂ ਸੈੱਲ ਦ੍ਰਵ ਜਾਂ ਸਾਈਟੋਪਲਾਜ਼ਮ ਕਹਿੰਦੇ ਨੇ, ਠੀਕ ਹੈ, ਕਲੀਅਰ ਚੀਜ਼ ਇਹ। ਕਹਿੰਦਾ ਮੈਂ ਜਾਣਨਾ ਚਾਹੁੰਦਾ ਹਾਂ ਕਿ ਪੌਦਿਆਂ ਨੂੰ ਸੈੱਲ ਭਿੱਤੀ ਦੀ ਕਿਉਂ ਜ਼ਰੂਰਤ ਹੁੰਦੀ ਹੈ। ਇਹੀ ਮੇਨ ਇੰਪੋਰਟੈਂਟ ਕੁਐਸਚਨ ਬਣਦਾ ਵੀ ਪੌਦਿਆਂ ਨੂੰ ਸੈੱਲ ਭਿੱਤੀ ਦੀ ਕਿਉਂ ਲੋੜ ਪੈ ਗਈ, ਕਿਉਂ ਲੋੜ ਪੈਂਦੀ ਆ? ਕਹਿੰਦਾ ਅਸੀਂ ਪਹਿਲਾਂ ਹੀ ਪੜ੍ਹ ਚੁੱਕੇ ਹਾਂ ਕਿ ਸੈੱਲ ਝਿੱਲੀ ਸੈੱਲ ਨੂੰ ਆਕਾਰ ਪ੍ਰਦਾਨ ਕਰਦੀ ਹੈ, ਠੀਕ ਹੈ। ਪੌਦਾ ਸੈੱਲ ਵਿੱਚ ਸੈੱਲ ਝਿੱਲੀ ਤੋਂ ਇਲਾਵਾ ਇੱਕ ਹੋਰ ਮੋਟੀ ਪਰਤ ਹੁੰਦੀ ਹੈ, ਜਿਸ ਨੂੰ ਸੈੱਲ ਭਿੱਤੀ ਕਿਹਾ ਜਾਂਦਾ ਹੈ। ਮਤਲਬ ਜਿਵੇਂ ਤੁਸੀਂ ਆਪਣੇ ਮੋਬਾਈਲ ਨੂੰ ਪਹਿਲਾਂ ਕੀ ਕਰ ਲਓ? ਇੱਕ ਤਾਂ ਲੈਮੀਨੇਸ਼ਨ ਕਰ ਲਓ ਪੂਰੀ, ਲੈਮੀਨੇਸ਼ਨ ਕਰਕੇ ਕਵਰ ਚੜਾ ਲਓ। ਜਿਹੜਾ ਕਵਰ ਚੜਾ ਲਿਆ ਉਹ ਤਾਂ ਕੀ ਹੈ? ਸੈੱਲ ਦੀ ਝਿੱਲੀ, ਜਿਹੜੀ ਅੰਦਰਾਂ ਲੈਮੀਨੇਸ਼ਨ ਕੀਤੀ ਆ ਉਹ ਇੱਕ ਹੋਰ ਕੀਤੀ ਉਸਨੇ ਪਹਿਲਾਂ, ਉਹ ਮੋਟੀ ਪਰਤ ਕੀ ਹੋ ਗਈ? ਸੈੱਲ ਭਿੱਤੀ। ਕਲੀਅਰ ਚੀਜ਼? ਸੈੱਲ ਝਿੱਲੀ ਨੂੰ ਘੇਰਨ ਵਾਲੀ ਇਹ ਸਖਤ ਰਚਨਾ ਪੌਦਿਆਂ ਦੇ ਸੈੱਲਾਂ ਦੀ ਸੁਰੱਖਿਆ ਲਈ ਬਹੁਤ ਜ਼ਰੂਰੀ ਹੈ। ਮਤਲਬ ਕਾਹਦੇ ਲਈ ਜ਼ਰੂਰੀ ਹੈ? ਸੁਰੱਖਿਆ ਦੀ। ਕਾਹਦੀ ਸੁਰੱਖਿਆ? ਪੌਦੇ ਜੋ ਦੇਖੋ ਸਾਡੇ ਤਾਂ ਧੁੱਪ ਪੈਂਦੀ ਆ, ਅਸੀਂ ਧੁੱਪ ਦੇ ਜੋ ਛਾਂ 'ਚ ਆ ਸਕਦੇ ਹਾਂ, ਪੌਦੇ ਤਾਂ ਨਹੀਂ ਛਾਂ 'ਚ ਆ ਸਕਦੇ। ਜੋ ਤੇਜ਼ ਹਵਾਵਾਂ ਚੱਲਦੀਆਂ ਨੇ ਅਸੀਂ ਕਮਰੇ ਵਿੱਚ ਆ ਜਾਂਦੇ ਹਾਂ, ਪੌਦੇ ਤਾਂ ਨਹੀਂ ਕਮਰੇ 'ਚ ਆ ਸਕਦੇ। ਮਤਲਬ ਪੌਦਿਆਂ ਨੇ ਵਿਚਾਰਿਆਂ ਨੂੰ ਕੀ ਹੁੰਦਾ ਹੈ? ਤਾਪ ਵਿੱਚ ਪਰਿਵਰਤਨ
ਤਾਂ ਇਸ ਕਰਕੇ ਜਿਹੜਾ ਨੇਚਰ ਨੇ ਇਹਨਾਂ ਨੂੰ ਡਿਵੈਲਪ ਕੀਤਾ ਹੈ, ਬਣਾਇਆ ਹੈ, ਇਹਨਾਂ ਕੋਲ ਕੀ ਹੁੰਦੀ ਹੈ ਸੈੱਲ ਭਿੱਤੀ ਵੀ ਹੈਗੀ ਹੈ। ਮਤਲਬ ਇਹਨਾਂ ਕੋਲ ਦੋ ਚੀਜ਼ਾਂ ਹੋ ਗਈਆਂ ਕਿ ਸੈੱਲ ਝਿੱਲੀ ਹੈਗੀ ਹੈ, ਹਾਂਜੀ ਹੈਗੀ ਹੈ, ਕਿ ਭਿੱਤੀ ਹੈਗੀ ਹੈ, ਹਾਂਜੀ ਭਿੱਤੀ ਵੀ ਹੈਗੀ ਹੈ, ਸੈੱਲ ਮੈਂਬਰੇਨ ਹੈ, ਹਾਂਜੀ ਮੈਂਬਰੇਨ ਵੀ ਹੈ, ਸੈੱਲ ਵਾਲ ਵੀ ਹੈ। ਦੋ ਲੇਅਰਸ ਨੇ, ਮਤਲਬ ਭਿੱਤੀ ਕੀ ਹੋ ਗਈ, ਪ੍ਰੋਟੈਕਟਿਵ ਲੇਅਰ ਹੋ ਗਈ ਜਿਹੜੀ ਉਹਨੂੰ ਬਚਾਉਂਦੀ ਹੈ। ਇਹ ਭਿੰਨ ਭਿੰਨ ਪਰਿਵਰਤਨਾਂ ਤੋਂ ਸੁਰੱਖਿਆ ਤੋਂ ਲੋੜ ਹੁੰਦੀ ਹੈ। ਪੌਦੇ ਇਹਨਾਂ ਪਰਿਵਰਤਨਾਂ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ ਕਿਉਂਕਿ ਇਹ ਚੱਲ ਨਹੀਂ ਸਕਦੇ, ਚੱਲ ਨਹੀਂ ਸਕਦੇ, ਮਤਲਬ ਮੀਂਹ ਪੈਣ 'ਤੇ ਅਸੀਂ ਤਾਂ ਕਮਰੇ 'ਚ ਆ ਜਾਂਦੇ ਹਾਂ, ਮੀਂਹ 'ਚ ਤਾਂ ਨਹੀਂ ਖੜ੍ਹੇ ਰਹਿੰਦੇ, ਪੌਦੇ ਨਹੀਂ ਨਹਾ ਸਕਦੇ, ਪੌਦਿਆਂ ਨੂੰ ਸਹਿਣਾ ਪੈਂਦਾ ਹੈ। ਸੈੱਲਾਂ ਦਾ ਨਿਰੀਖਣ ਟ੍ਰਾਂਸਕੈਂਡੀਆ, ਇਲੋਡੀਆ ਅਤੇ ਰੋਹੀਆ ਆਦਿ ਦੇ ਪੱਤਿਆਂ ਦੀ ਝਿੱਲੀ ਲੈ ਕੇ ਵੀ ਕਰ ਸਕਦੇ ਹੋ। ਤੁਸੀਂ ਇਹਨਾਂ ਦੀ ਸਲਾਈਡ ਉਸੇ ਤਰ੍ਹਾਂ ਬਣਾ ਸਕਦੇ ਹੋ ਜਿਸ ਤਰ੍ਹਾਂ ਪਿਆਜ਼ ਦੀ ਝਿੱਲੀ ਦੀ ਸਲਾਈਡ ਬਣਦੀ ਹੈ। ਪਹਿਲੀ ਨੇ ਬੂਜੋ ਤੋਂ ਪੁੱਛਿਆ ਕਿ ਜੰਤੂ ਸੈੱਲ ਦਾ ਨਿਰੀਖਣ ਅਧਿਨ ਕਰ ਸਕਦੇ ਹਾਂ, ਠੀਕ ਹੈ। ਹੁਣ ਜਿਹੜਾ ਜੰਤੂ ਸੈੱਲ, ਮਤਲਬ ਸਾਡਾ ਸੈੱਲ, ਉਹ ਕਹਿੰਦਾ ਇੱਕ ਸਾਫ਼ ਸੁਥਰੀ ਦੰਦ ਕੋਦਣੀ, ਟੁੱਥਪਿੱਕ ਜਾਂ ਮਾਚਿਸ ਦੀ ਤੀਲੀ ਜਿਸ ਦਾ ਮਸਾਲਾ ਵਾਲਾ ਸਿਰਾ ਤੋੜਿਆ ਹੋਵੇ ਲਓ। ਇਸ ਦੀ ਸਹਾਇਤਾ ਨਾਲ ਗੱਲ ਦੀ ਅੰਦਰਲੀ ਪਰਤ ਨੂੰ ਹੌਲੀ ਹੌਲੀ ਖੁਰਚੋ, ਖੁਰਚ ਲਿਆ। ਇਸ ਨੂੰ ਕੱਚ ਦੀ ਸਲਾਈਡ ਉੱਪਰ ਰੱਖੀ ਪਾਣੀ ਦੀ ਬੂੰਦ ਵਿੱਚ ਰੱਖੋ, ਰੱਖ ਲਿਆ। ਇਸ ਉੱਤੇ ਇੱਕ ਬੂੰਦ ਆਇਓਡੀਨ ਪਾਓ ਅਤੇ ਕਵਰ ਸਲਿੱਪ ਨਾਲ ਢੱਕ ਦਿਓ। ਆਇਓਡੀਨ ਨਾ ਹੋਣ 'ਤੇ ਸੂਰਤ ਵਿੱਚ ਤੁਸੀਂ ਮਿਥਾਈਲੀਨ ਬਲੂ ਵੀ ਪਾ ਸਕਦੇ ਹੋ। ਸੂਖਮਦਰਸ਼ੀ ਵਿੱਚ ਇਸ ਦਾ ਨਿਰੀਖਣ ਕਰੋ, ਤੁਹਾਨੂੰ ਖੁਰਚੀ ਹੋਈ ਪਰਤ ਵਿੱਚ ਬਹੁਤ ਸਾਰੇ ਸੈੱਲ ਵਿਖਾਈ ਦੇਣਗੇ। ਤੁਸੀਂ ਸੈੱਲ ਝਿੱਲੀ ਜਿਹੜੀ ਦਿਖੇਗੀ, ਸੈੱਲ ਪਦਾਰਥ ਸਾਈਟੋਪਲਾਜ਼ਮ ਦਿਖੇਗਾ ਅਤੇ ਕੇਂਦਰਕ ਨਿਊਕਲੀਅਸ ਨੂੰ ਪਹਿਚਾਣ ਸਕਦੇ ਹੋ। ਸਾਈਟੋਪਲਾਜ਼ਮ ਯਾਦ ਰੱਖਣਾ ਕੀ ਹੈ, ਤੁਹਾਡੇ ਕੋਲ ਲਿਕੁਇਡ ਹੈ ਜਿਹਨੂੰ ਅਸੀਂ ਕੀ ਬੋਲਦੇ ਹਾਂ, ਫਲੂਇਡ ਹੈ, ਠੀਕ ਹੈ। ਲਿਕੁਇਡ ਸ਼ਬਦ ਨਹੀਂ ਯੂਜ਼ ਕਰਦੇ, ਫਲੂਇਡ ਸ਼ਬਦ ਯੂਜ਼ ਕਰਦੇ ਹਾਂ, ਠੀਕ ਹੈ। ਫਲੂਇਡ ਹੈ, ਜੈਲੀ ਵਰਗਾ ਸਬਸਟਾਂਟ ਹੈ ਅਤੇ ਜੰਤੂ ਸੈੱਲ ਵਿੱਚ ਸੈੱਲ ਭਿੱਤੀ ਨਹੀਂ ਹੁੰਦੀ। ਅਸੀਂ ਕੌਣ ਆ, ਜੰਤੂ ਹਾਂ, ਅਸੀਂ ਕੌਣ ਆ, ਜੰਤੂ ਹਾਂ, ਸਾਡੇ ਕੋਲ ਸੈੱਲ ਭਿੱਤੀ ਨਹੀਂ ਹੈ, ਸੈੱਲ ਵਾਲ ਨਹੀਂ ਹੈ, ਕਲੀਅਰ ਚੀਜ਼ ਇਹ। ਕਿਹਨਾਂ ਕੋਲ ਹੈ, ਪਲਾਂਟ ਸੈੱਲ ਦੇ ਕੋਲ ਹੈ, ਸਮਝਦੇ ਹੋ। ਆ ਉਹਨਾਂ ਫਿਰ ਸੈੱਲ ਦੀ ਫੋਟੋ ਆ ਗਈ, ਠੀਕ ਹੈ ਜੀ। ਆ ਪੂਰਾ ਸੈੱਲ ਹੋ ਗਿਆ, ਬਹੁਤ ਸਾਰੇ ਸੈੱਲ ਦਿਖਣਗੇ, ਇੱਕ ਸੈੱਲ ਲੈ ਲਿਆ। ਆਹ ਜਿਹੜਾ ਸੈੱਲ ਹੈ ਇਹ ਤੁਹਾਡੇ ਕੋਲ ਕਿਉਂਕਿ ਸੈੱਲ ਦੀ ਝਿੱਲੀ, ਕਲੀਅਰ ਚੀਜ਼, ਸੈੱਲ ਦੀ ਝਿੱਲੀ ਜਿਹੜਾ ਇਹਦੇ ਵਿੱਚ ਲਿਕੁਇਡ ਤੈਰਦਾ ਪਿਆ ਹੈ, ਹੈ ਨਾ। ਆਹ ਸਾਰਾ ਲਿਕੁਇਡ ਇਹਨੇ ਇੱਥੇ ਦਿਖਾਇਆ ਹੋਇਆ। ਆ ਜਿਹੜਾ ਖਾਲੀ ਖਾਲੀ ਜਗ੍ਹਾ ਹੈ, ਖਾਲੀ ਜਗ੍ਹਾ ਮਤਲਬ ਟ੍ਰਾਂਸਪੇਰੈਂਟ ਜਗ੍ਹਾ ਦੇ ਵਿੱਚ ਕੀ ਆ, ਇੱਕ ਫਲੂਇਡ ਤੈਰਦਾ ਪਿਆ, ਇੱਕ ਜੈਲੀ ਵਰਗਾ ਪਦਾਰਥ ਹੈ ਜਿਹਦਾ ਨਾਮ ਕੀ ਹੈ, ਸੈੱਲ ਦਰਵ। ਮਤਲਬ ਇਹ ਕੀ ਹੈ, ਸਾਈਟੋ ਪਲਾਜ਼ਮ ਹੈਗਾ ਹੈ। ਉਹ ਤੋਂ ਬਾਅਦ ਆਹ ਤੁਹਾਡੇ ਕੋਲ ਕੀ ਹੈ, ਕੇਂਦਰਕ ਝਿੱਲੀ, ਜਿਹੜਾ ਕੇਂਦਰਕ ਹੈ, ਜਿਹੜਾ ਕੇਂਦਰਕ ਹੈ ਉਹਦੀ ਝਿੱਲੀ ਅਲੱਗ ਹੈ। ਹੁਣ ਕੇਂਦਰਕ ਦੇ ਵਿੱਚ ਵੀ ਪਤਾ ਕੀ ਹੁੰਦਾ ਹੈ, ਨਿਊਕਲੀਅਸ ਹੁੰਦਾ, ਇੱਕ ਨਿਊਕਲੀਓਲਸ ਹੁੰਦਾ ਹੈ, ਠੀਕ ਹੈ। ਇਹ ਨਿਊਕਲੀਅਸ ਹੈ, ਠੀਕ ਹੈ। ਉਹਦੇ ਵਿੱਚ ਅਲੱਗ ਅਲੱਗ ਜਿਹੜੇ ਹੋਰ ਚੀਜ਼ਾਂ ਹੋਣਗੀਆਂ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਔਰਗੈਨੈਲਸ, ਠੀਕ ਹੈ, ਨਿਖੇੜੀ ਅੰਗ ਬੋਲਾਂਗੇ। ਵੀ ਸੈੱਲ ਦੇ ਅੰਦਰ ਵੀ ਅਲੱਗ ਅੰਗ ਹੋਰ ਹੈਗੇ ਨੇ, ਜਿਵੇਂ ਸਾਡੇ ਅੰਦਰ ਅੰਗ ਨੇ ਨਾ ਸਾਡੀ ਬੋਡੀ 'ਚ, ਉਦਾਂ ਹੀ ਸੈੱਲ ਦੇ ਵਿੱਚ ਵੀ ਅਲੱਗ ਅਲੱਗ ਅੰਗ ਨੇ, ਉਹਨਾਂ ਨੂੰ ਅਸੀਂ ਕੀ ਬੋਲਦੇ ਹਾਂ, ਨਿਖੇੜੀ ਅੰਗ ਬੋਲਦੇ ਹਾਂ। ਉਹ ਔਰਗੈਨਾਈਜ਼ ਹੁੰਦੇ ਨੇ, ਉਹਨਾਂ ਸਾਰਿਆਂ ਦਾ ਆਪਣਾ ਅਲੱਗ ਅਲੱਗ ਕੰਮ ਹੈ। ਮਤਲਬ ਫਿਰ ਪੂਰਾ ਇੱਕ ਸੈੱਲ ਅਲੱਗ ਅਲੱਗ ਕੰਮ ਕਰਦਾ ਹੈ, ਮਤਲਬ ਫਿਰ ਸਾਰੇ ਸੈੱਲ ਸਾਰੇ ਇੱਕ ਸੈੱਲ ਪ੍ਰੋਪਰ ਕੰਮ ਕਰੇਗਾ, ਫਿਰ ਸਾਰੇ ਸੈੱਲ ਕੰਮ ਕਰਦੇ ਆ, ਸਾਰੇ ਸੈੱਲ ਕੰਮ ਕਰਦੇ ਆ, ਮਤਲਬ ਪੂਰੇ ਇੱਕ ਔਰਗਨ ਕੰਮ ਕਰਦਾ, ਅੰਗ ਕੰਮ ਕਰਦਾ, ਅੰਗ ਕੰਮ ਕਰਦਾ, ਸਾਡਾ ਸਰੀਰ ਕੰਮ ਕਰਦਾ। ਮਤਲਬ ਜੇ ਇੱਕ ਸੈੱਲ ਖਰਾਬ ਹੋ ਸਕਦਾ ਹੈ ਤਾਂ ਉਹ ਨਾਲਦੇ ਨੂੰ ਵੀ ਖਰਾਬ ਕਰੇਗਾ, ਬਾਕੀਆਂ ਨੂੰ ਵੀ ਖਰਾਬ ਕਰੇਗਾ। ਇਹੀ ਕੈਂਸਰ ਹੁੰਦਾ, ਕੈਂਸਰ ਵਿੱਚ ਕੀ ਹੁੰਦਾ, ਸੈੱਲ ਖਰਾਬ ਹੋਣੇ ਸਟਾਰਟ ਹੋ ਜਾਂਦੇ ਨੇ, ਠੀਕ ਹੈ ਜੀ। ਇੱਕ ਸੈੱਲ ਖਰਾਬ ਹੁੰਦਾ, ਉਹ ਵੱਧਦਾ 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 ਆਸੇ ਪਾਸੇ ਦੇ ਸਾਰੇ ਸੈੱਲਾਂ ਨੂੰ ਖਰਾਬ ਕਰ ਦਿੰਦਾ ਹੈ, ਫਿਰ ਉਹ ਰੁਕਣਾ ਨਹੀਂ ਬੰਦ ਹੁੰਦੇ, ਸੈੱਲ ਡੈੱਡ ਹੋਣੇ ਸਟਾਰਟ ਹੋ ਜਾਂਦੇ ਨੇ, ਠੀਕ ਹੈ। ਫਿਰ ਇੱਦਾਂ ਬਿਮਾਰੀਆਂ ਨੂੰ ਆਪਾਂ ਡਿਟੇਲ 'ਚ ਪੜਾਂਗੇ, ਕਿਹੜੀ ਬਿਮਾਰੀ ਕਿੱਦਾਂ ਹੈ, ਕਿਹੜੀ ਬਿਮਾਰੀ ਕਿੱਦਾਂ ਨਹੀਂ ਹੈ। ਸੈੱਲ ਦਰਵ, ਸੈੱਲ ਪਦਾਰਥ, ਸਾਈਟੋਪਲਾਜ਼ਮ ਕੀ ਹੈ, ਠੀਕ ਹੈ, ਯਾਦ ਰੱਖਣਾ ਹੈ। ਇਹ ਇੱਕ ਜੈਲੀ ਵਰਗਾ ਪਦਾਰਥ ਹੁੰਦਾ ਹੈ ਜੋ ਸੈੱਲ ਝਿੱਲੀ ਅਤੇ ਕੇਂਦਰਕ ਦੇ ਵਿਚਕਾਰ ਭਰਿਆ ਹੁੰਦਾ ਹੈ। ਸੈੱਲ ਦੇ ਬਾਕੀ ਸੰਗਠਕ, ਜਿਹੜੇ ਵਿੱਚ ਬਾਕੀ ਸੰਗਠਕ ਨੇ, ਅਤੇ ਨਿਕੜੇ ਅੰਗ, ਨਿਕੜੇ ਅੰਗ ਕੀ ਨੇ, ਸੈੱਲ ਅੰਗ, ਸੈੱਲ ਅੰਗ ਤੁਹਾਡੇ ਕੋਲ ਕੀ ਨੇ, ਔਰਗੈਨੈਲਿਸ, ਔਰਗੈਨੈਲਿਸ ਕੀ ਨੇ, ਮੈਂ ਤੁਹਾਨੂੰ ਇਹਦੇ 'ਚ ਫੋਟੋ ਦਿਖਾਈ ਸੀਗੀ। ਆਹ ਜਿਹੜੇ ਸਾਰੇ ਹੈਗੇ ਨੇ, ਆਹ ਜਿਹੜੇ ਸਾਰੇ ਹੈਗੇ ਨੇ ਨਾ, ਮਤਲਬ ਕੌਣ, ਆਹ ਗੋਲਜੀ ਪਲੇਟਸ, ਰਾਈਬੋਸੋਮਸ, ਲਾਈਜੋਸੋਮਸ, ਐਂਡੋਪਲਾਸਮਿਕ ਰੈਟਿਕੁਲਮ, ਨਿਊਕਲੀਅਸ, ਮਾਈਟੋਕੋਂਡਰੀਆ, ਸੈੱਲ ਮੈਂਬਰੇਨ ਤਾਂ ਬਾਹਰ ਹੋ ਗਈ, ਅਤੇ ਸਾਈਟੋਪਲਾਜ਼ਮ। ਇਹ ਸਾਰਿਆਂ ਜੋ ਇਕੱਠੇ ਕਰਕੇ ਮੈਂ ਇੱਕ ਨਾਮ ਦੇਵਾਂ, ਇਹਨਾਂ ਨੂੰ ਮੈਂ ਇਕੱਠੇ ਕਰਕੇ ਕੀ ਨਾਮ ਦੇ ਸਕਦਾ ਹੈ ਕਿ ਇਹ ਕੀ ਨੇ, ਔਰਗੈਨੈਲਿਸ, ਇਹ ਕੀ ਨੇ, ਸੈੱਲ ਦੇ ਅੰਗ ਨੇ, ਠੀਕ ਹੈ। ਇਹ ਕੀ ਨੇ, ਨਿਕੜੇ ਅੰਗ ਹੈਗੇ ਨੇ, ਜਿਹੜੇ ਨਿਕੜੇ ਹੋਏ ਆ ਉਹਦੇ ਵਿੱਚ ਅੰਗ ਨੇ, ਉਹ ਚੀਜ਼ਾਂ ਨੇ ਇਹ, ਠੀਕ ਹੈ। ਨਿਕੜੇ ਅੰਗ ਸੈੱਲ ਅੰਗ ਹਨ, ਕਲੀਅਰ ਚੀਜ਼ ਇਹ। ਸੰਗਠਕ, ਇਹ ਸਾਰੇ ਸੰਗਠਕ ਹੀ ਨੇ। ਸੰਗਠਕ ਤਾਂ ਕੀ ਹੁੰਦੇ, ਸੰਗਠਕ ਸ਼ਬਦ ਤਾਂ ਉੱਥੇ ਯੂਜ਼ ਕਰਦੇ ਨਾ, ਚੀਜ਼ਾਂ ਨੂੰ ਜੋੜ ਲੈਂਦੇ ਆ। ਸੰਗਠਕ ਨੇ ਜਿਵੇਂ ਕਾਰ ਆ, ਕਾਰ ਦੇ ਵਿੱਚ ਕੀ ਹੈ, ਸਟੀਰਿੰਗ ਆ, ਬ੍ਰੇਕ ਹੈ, ਸਟੀਰੀਓ ਹੈ, ਸੀਟਾਂ ਨੇ, ਇਹ ਕੀ ਹੈ, ਇਹ ਸੰਗਠਕ ਨੇ, ਠੀਕ ਹੈ। ਇਹਨੂੰ ਕਾਰ ਦੇ ਅੰਗ ਵੀ ਬੋਲ ਸਕਦੇ ਹੋ। ਕੰਪਿਊਟਰ ਦੇ ਵਿੱਚ ਕੀ ਹੈ, ਹੈ ਨਾ, ਮਦਰਬੋਰਡ ਦੇ ਉੱਤੇ ਕੀ ਲੱਗਿਆ, ਤੁਹਾਡੇ ਰੈਮ ਲੱਗੀ ਆ, ਪ੍ਰੋਸੈਸਰ ਲੱਗਿਆ, ਉਹ ਸਾਰੇ ਕੀ ਨੇ, ਉਹਦੇ ਅਸੈਸਰੀਜ਼ ਬੋਲਦੇ ਹਾਂ ਆਪਾਂ, ਉਹਦੇ 'ਚ ਆਪਾਂ ਅਸੈਸਰੀਜ਼ ਬੋਲ ਦਿੰਦੇ ਹਾਂ, ਹੈ ਨਾ। ਕਨੈਡੀ ਲੈਣ ਜਾਂਦੇ ਹਾਂ ਆਪਾਂ, ਕਹਿੰਦੇ ਕਿਹੜੀ ਕਿਹੜੀ ਅਸੈਸਰੀਜ਼ ਹੈਗੀਆਂ ਨੇ, ਉੱਦਾਂ ਹੀ ਚੀਜ਼ ਹੈਗੀ ਹੈ ਇਹ। ਉਹਨਾਂ ਨਾਮ ਕੀ ਦੇਖੋ, ਮਾਈਟੋਕੋਂਡਰੀਆ, ਗਲਜੀਕਾਇਆ, ਰਾਈਬੋਸੋਮਸ ਆਦਿ, ਤੁਸੀਂ ਇਹਨਾਂ ਬਾਰੇ ਅਗਲੀਆਂ ਕਲਾਸਾਂ ਵਿੱਚ ਪੜੋਗੇ। ਉਹ ਮੈਂ ਤੁਹਾਨੂੰ ਡਿਟੇਲ ਵਿੱਚ ਨਹੀਂ ਦਿੱਤੀ, ਜਦੋਂ ਸਮਝਾਊਂਗਾ ਸੈੱਲ ਵਾਲਾ ਚੈਪਟਰ ਫਿਰ ਤੁਹਾਨੂੰ ਡਿਟੇਲ 'ਚ ਸਮਝ ਆ ਜਾਏਗਾ। ਹਾਲੇ ਤੁਸੀਂ ਇਹ ਚੈਪਟਰ 'ਚ ਕੀ ਸਿੱਖਣਾ ਹੈ, ਸੈੱਲ ਹੁੰਦਾ ਹੈ, ਸੈੱਲ ਦਾ ਕੇਂਦਰਕ ਹੁੰਦਾ, ਉਹ ਨਿਊਕਲੀਅਸ ਵਾਲੀ ਵੀਡੀਓ ਜ਼ਰੂਰ
ਇਸ ਨੂੰ ਸੂਖਮ ਦਰਸ਼ੀ ਵਿੱਚ ਆਸਾਨੀ ਨਾਲ ਵੇਖਿਆ ਜਾ ਸਕਦਾ ਹੈ। ਕੇਂਦਰਕ ਬਾਹਰੋਂ ਇੱਕ ਝਿੱਲੀ ਨਾਲ ਘਿਰਿਆ ਹੁੰਦਾ ਜਿਸ ਨੂੰ ਕੇਂਦਰਕ ਝਿੱਲੀ ਕਹਿੰਦੇ ਨੇ। ਦੋ ਝਿੱਲੀਆਂ ਹੋ ਗਈਆਂ, ਇੱਕ ਤੇਰੀ ਆਪਣੀ ਝਿੱਲੀ ਹੋ ਗਈ, ਇਹ ਕੀ ਹੋ ਗਈ? ਸੈੱਲ ਝਿੱਲੀ। ਇੱਕ ਇਹਦੇ ਉੱਤੇ ਵੀ ਇੱਕ ਝਿੱਲੀ ਹੈ, ਉਹ ਕੀ ਹੋ ਗਈ? ਕੇਂਦਰਕ ਝਿੱਲੀ। ਕਲੀਅਰ ਜੀ? ਇਹ ਝਿੱਲੀ ਕੇਂਦਰ ਨੂੰ ਸੈੱਲ ਦਰਵ ਨਾਲੋਂ ਅਲੱਗ ਰੱਖਦੀ ਹੈ। ਸੈੱਲ ਦਰਵ ਕਿਹੜਾ ਸੀ? ਜਿਹੜਾ ਸਾਈਟੋਪਲਾਜ਼ਮ ਇਹਦੇ ਵਿੱਚ ਸੀਗਾ, ਉੱਤੋਂ ਕੀ ਕਰਕੇ ਇਹਨੂੰ ਅਲੱਗ ਰੱਖਦੀ ਹੈ। ਇਹ ਝਿੱਲੀ ਵੀ ਮੁਸਾਮਦਾਰ ਹੁੰਦੀ ਹੈ, ਜਿਹੜੀ ਆਹ ਝਿੱਲੀ ਹੈ ਨਾ, ਇਹ ਵੀ ਕੀ ਹੈ? ਮੁਸਾਮਦਾਰ ਹੈ। ਅਤੇ ਸੈੱਲ ਦਰਵ ਅਤੇ ਕੇਂਦਰਕ ਵਿਚਾਰ ਪਦਾਰਥਾਂ ਦੇ ਆਦਾਨ ਪ੍ਰਦਾਨ ਨੂੰ ਕੰਟਰੋਲ ਰੱਖਦੀ ਹੈ। ਹੁਣ ਕਹਿੰਦਾ ਵੱਡ ਦਰਸ਼ਨ ਸਮਰੱਥਾ ਵਾਲੇ ਸੂਖਮ ਦਰਸ਼ੀ ਵਿੱਚ ਵੇਖਣ 'ਤੇ ਸਾਨੂੰ ਕੇਂਦਰਕ ਵੀ ਇੱਕ ਛੋਟੀ ਸੰਘਣੀ ਸੰਰਚਨਾ ਵਿਖਾਈ ਦਿੰਦੀ ਹੈ ਜਿਸ ਨੂੰ ਨਿਊਕਲੀਓਲਸ ਫਰਕ ਕੀ ਹੈ? ਆਹ ਕੇਂਦਰ ਦਾ ਕੀ ਨਾਮ ਹੈ? ਨਿਊਕਲੀਅਸ। ਪਰ ਇਹਦੇ ਵਿੱਚ ਤੁਹਾਨੂੰ ਇੱਕ ਸੰਘਣੀ ਸੰਰਚਨਾ ਦਿਖਾਈ ਦੇਗੀ, ਉਹਦਾ ਨਾਮ ਕੀ ਹੈ? ਨਿਊਕਲੀਓਲਸ। ਇਹ ਤੁਹਾਡੇ ਕੋਲ ਕੀ ਹੈ? ਨਿਊਕਲੀਓਲਸ। ਫਰਕ ਸਮਝ ਰਹੇ ਹੋ? ਨਿਊਕਲੀਅਸ ਇਜ਼ ਨੋਟ ਇਕੁਅਲ ਟੂ ਨਿਊਕਲੀਓਲਸ। ਨਿਊਕਲੀਅਸ ਦੇ ਵਿੱਚ ਕੀ ਹੈ ਤੁਹਾਡੇ ਕੋਲ? ਇੱਕ ਤਾਂ ਨਿਊਕਲੀਓਲਸ ਹੈ, ਪਲੱਸ ਕੀ ਹੁੰਦਾ ਹੈ? DNA। ਦੋ ਚੀਜ਼ਾਂ ਨੇ, ਇੱਕ ਤੁਹਾਡੇ ਕੋਲ ਕੀ ਹੈ ਇਹਦੇ ਵਿੱਚ? DNA ਹੈ। DNA ਸ਼ਬਦ ਤੁਸੀਂ ਬਹੁਤ ਸੁਣਿਆ ਹੋਣਾ, DNA ਕੀ ਹੈਗਾ ਉਹ ਵੀ ਡਿਟੇਲ 'ਚ ਆਪਾਂ ਸਮਝਾਂਗੇ ਕੀ ਹੈ। ਇਹਦੇ 'ਚ ਮਤਲਬ ਕੀ ਤੁਹਾਡੇ ਕੋਲ DNA ਅਲੱਗ ਪਿਆ ਹੈ, ਅਤੇ ਉਹਦੇ ਵਿੱਚ ਤੁਹਾਡੇ ਕੋਲ ਕੀ ਨੇ? RNA ਵੀ ਹੁੰਦਾ ਹੈ, ਠੀਕ ਹੈ? ਨਿਊਕਲੀਓਲਸ ਨੂੰ ਇੱਦਾਂ ਸਮਝ ਲਓ, ਇਹ RNA ਵੀ ਹੈਗਾ ਹੈ। RNA ਕੀ ਤਿਆਰ ਕਰੇਗਾ? ਹੁਣ ਸੁਣੋ RNA ਕੀ ਤਿਆਰ ਕਰੇਗਾ? ਰਾਈਬੋਸੋਮਸ। ਰਾਈਬੋਸੋਮਸ ਕੀ ਬਣਨਗੇ? ਪ੍ਰੋਟੀਨ। ਬਸ ਇੰਨਾ ਸਮਝ ਸਰ, ਇਹਨੇ ਤਿੰਨ ਸਟੈਪ ਯਾਦ ਕਰ ਲਓ। ਇਸ ਤੋਂ ਬਿਨਾਂ ਕੇਂਦਰਕ ਵਿੱਚ ਧਾਗੇ ਵਰਗੀਆਂ ਸੰਰਚਨਾਵਾਂ ਵੀ ਹੁੰਦੀਆਂ ਨੇ ਜਿਨ੍ਹਾਂ ਨੂੰ ਕ੍ਰੋਮੋਸੋਮ ਜਾਂ ਗਣਸੂਤਰ ਕਹਿੰਦੇ ਹਾਂ, ਠੀਕ ਹੈ? ਇਹਦੇ ਵਿੱਚ ਧਾਗੇ ਵਰਗੀਆਂ ਕੀ ਹੁੰਦੀਆਂ ਨੇ? ਸੰਰਚਨਾਵਾਂ ਹੁੰਦੀਆਂ ਜਿਹਨੂੰ ਕ੍ਰੋਮੋਸੋਮ ਜਾਂ ਗਣਸੂਤਰ ਵੀ ਕਹਿੰਦੇ ਹਾਂ। ਇਹਦੀ ਵੀ ਇੱਕ ਆਪਾਂ ਵੀਡੀਓ ਫੋਟੋ ਦੇਖ ਲੈਂਦੇ ਤਾਂ ਕਿ ਤੁਹਾਨੂੰ ਕੋਈ ਸਮਝ ਆ ਜਾਵੇ ਫਟਾਫਟ ਕ੍ਰੋਮੋਸੋਮਸ ਕੀ ਹੈਗੇ ਨੇ, ਠੀਕ ਹੈ? ਜੇ ਤੁਹਾਨੂੰ ਲੱਭ ਕੇ ਨਹੀਂ ਸਮਝ ਆਉਂਦਾ, ਕ੍ਰੋਮੋਸੋਮਸ ਦੀ ਇੱਕ ਇਮੇਜ ਦੇਖ ਲੈਂਦੇ ਹਾਂ ਤਾਂ ਤੁਹਾਨੂੰ ਸਮਝ ਆ ਜਾਏਗਾ ਕੀ ਹੈ ਕ੍ਰੋਮੋਸੋਮਸ। ਆ ਰਿਹਾ, ਆਹ ਬਹੁਤ ਅੱਛੀ ਇਮੇਜ ਬਣਾਈ ਹੋਈ ਹੈ, ਇਹ ਮੈਂ ਡਾਊਨਲੋਡ ਕਰ ਲੈਂਦਾ। ਹਾਂ ਠੀਕ ਹੈ, ਬਹੁਤ ਅੱਛੀ ਇਮੇਜ ਹੈਗੀ ਹੈ, ਇਹ ਡਾਊਨਲੋਡ ਕਰ ਲੈਂਦੇ ਹਾਂ। ਇਹ ਵੀ ਬਹੁਤ ਅੱਛੀ ਇਮੇਜ ਹੈਗੀ ਹੈ। ਠੀਕ ਹੈ, ਇਹ ਜ਼ਿਆਦਾ ਅੱਛੀ ਹੈਗੀ ਹੈ ਸੀਵੀ ਮੇਚ। ਆ ਗਈ ਚੀਜ਼ ਹੈ, ਓਕੇ। ਹੁਣ ਜੇ ਦੇਖਦੇ ਹਾਂ ਕ੍ਰੋਮੋਸੋਮਸ ਕੀ ਨੇ। ਆ ਜਿਹੜੀ ਪਤਾ ਕੀ ਚੱਕਰ ਹੈ, ਸਭ ਤੋਂ ਪਹਿਲਾਂ ਮੰਨ ਲਓ ਤੁਹਾਡੇ ਕੋਲ ਤੁਸੀਂ ਸਕੂਲ ਦੇ ਵਿੱਚ ਦੀਵਾਲੀ ਦੇ ਵਿੱਚ ਕਦੇ ਸਜਾਈ ਹੋਣੀ ਆ, ਇੱਦਾਂ ਦੀ ਇੱਕ ਲੜੀ ਲੈ ਕੇ ਆਉਂਦੇ ਹੋ ਨਾ, ਕਾਗਜ਼ ਵਾਲੀ। ਕਾਗਜ਼ ਵਾਲੀ ਲੜੀਆਂ, ਦੋ ਲੜੀਆਂ ਨੂੰ ਤੁਸੀਂ ਇੱਦਾਂ ਬੰਨ ਲੈਂਦੇ ਹੋ ਤਾਂ ਕਾਗਜ਼ ਵਾਲੀ ਲੜੀ ਇੱਦਾਂ ਦੇਖਣ ਲੱਗ ਜਾਂਦੀ ਹੈ, ਠੀਕ ਹੈ? ਇਹ ਆਪਸ 'ਚ ਕੀ ਹੁੰਦੇ ਨੇ, ਇੱਦਾਂ ਜੁੜੀਆਂ ਹੁੰਦੀਆਂ ਨੇ, ਇਹ ਇੱਦਾਂ ਜੁੜੇ ਹੁੰਦੇ ਨੇ। ਜਿਹੜੀ ਆਹ ਦੇਖੋ, ਆ ਪੂਰੀਆਂ ਨੇ ਖੋਲ੍ਹਤੀ ਨਾ, ਜਦੋਂ ਇਹ ਪੂਰੀਆਂ ਇਕੱਠੀਆਂ ਹੋ ਕੇ ਨਾ, ਇੱਦਾਂ ਆਹ ਸੈਂਟਰ ਮੋਰ, ਇਹਦਾ ਇੱਕ ਸੈਂਟਰ ਪੁਆਇੰਟ ਹੈਗਾ, ਇਕੱਠੀਆਂ ਹੋ ਕੇ ਕੀ ਹੁੰਦੇ ਨੇ, ਇੱਦਾਂ ਕਿਹਦੀ ਸ਼ੇਪ ਲੈ ਲੈਂਦੀ? ਇੱਦਾਂ ਗੁੱਛੇ ਦੀ ਸ਼ੇਪ ਲੈ ਲੈਂਦੀ, ਇਹਨੂੰ ਐਕਸ ਸ਼ੇਪ ਕਹਿੰਦੇ ਆਪਾਂ, ਠੀਕ ਹੈ? ਇਹ ਸ਼ੇਪ ਹੀ ਐਕਸ ਦੀ ਆ, ਇਹ ਜਿਹੜਾ ਪੂਰਾ ਐਕਸ ਸ਼ੇਪ ਹੈ ਇਹ ਤੁਹਾਡੇ ਕੋਲ ਕੀ ਹੈ? ਕ੍ਰੋਮੋਸੋਮ। ਸਮਝ ਆ ਰਿਹਾ? ਕ੍ਰੋਮੋਸੋਮ ਇਹ ਪੂਰੀ ਐਕਸ ਸ਼ੇਪ ਵਾਲਾ ਕੀ ਹੈ ਤੁਹਾਡੇ ਕੋਲ? ਇਹਦੀ ਸ਼ੇਪ ਹੈਗੀ ਆ, ਇਸ ਕਰਕੇ ਅਸੀਂ ਕਹਿੰਦੇ ਹਾਂ ਵੀ ਤੁਸੀਂ ਜਦੋਂ ਉਹ ਪੜ੍ਹੇਗੇ ਹੋ ਕਿ ਮੁੰਡੇ ਕੋਲ ਐਕਸ ਕ੍ਰੋਮੋਸੋਮ ਅਤੇ ਵਾਈ ਕ੍ਰੋਮੋਸੋਮ ਹੁੰਦੇ ਨੇ, ਕੁੜੀ ਕੋਲ ਐਕਸ ਅਤੇ ਐਕਸ ਕ੍ਰੋਮੋਸੋਮ ਹੁੰਦੇ ਨੇ। ਸਮਝ ਆ ਰਹੀ ਨਾ ਗੱਲ, ਕ੍ਰੋਮੋਸੋਮ ਕੀ ਹੈਗੇ ਆ? ਕ੍ਰੋਮੋਸੋਮ ਨੂੰ ਜੇ ਖੋਲ੍ਹਦਾ ਜਾਵਾਂਗੇ ਇਹ ਇੱਦਾਂ ਇੱਕ ਧਾਗੇ ਵਾਂਗੂ ਬਣ ਜੂਗਾ, ਠੀਕ ਹੈ? ਧਾਗੇ ਵਾਂਗੂ ਬਣ ਜੂਗਾ, ਇਹਨੂੰ ਆਹ ਗੋਲ ਗੋਲ ਹੁੰਦੇ ਨੇ ਸਾਡੇ ਕੋਲ, ਠੀਕ ਹੈ? ਇਹਨਾਂ ਉੱਤੇ ਇਹ ਲਿਪਟੇ ਹੋਏ ਨੇ, ਖੋਲ੍ਹਦੇ ਜਾਵਾਂਗੇ ਆਹ ਡਬਲ ਹੈਲਿਕਸ ਆ ਜਾਏਗੀ। ਇਹਦੇ ਵਿੱਚ ਕੀ ਹੈ? ਡਬਲ ਹੈਲਿਕਸ ਹੈ ਸਾਡੇ ਕੋਲ, ਕੀ ਆ ਜਾਂਦੀ ਹੈ? ਡਬਲ ਹੈਲਿਕਸ ਆ ਜਾਂਦੀ ਆ। ਮੰਨ ਲਓ ਪਹਿਲੀ ਮੈਂ ਇੱਦਾਂ ਬਣਾ ਲੈਂਦਾ, ਇਹਨੂੰ ਸਿੱਧਾ ਕਰਕੇ ਕਰ ਲੈਂਦਾ, ਸਿੱਧਾ ਜੋੜ ਦਿੰਦਾ ਨਾ, ਇੱਦਾਂ ਜੁੜੇ ਹੋਏ ਨੇ ਇਹ ਆਪਸ ਦੇ ਵਿੱਚ, ਇੱਦਾਂ ਜੁੜੇ ਹੋਏ ਨੇ। ਅਤੇ ਜੇ ਇਹਨੂੰ ਮੈਂ ਇੱਦਾਂ ਬਣਾ ਲੈਂਦਾ, ਇਹਨੂੰ ਵੱਟ ਦੇ ਦਿੰਦਾ, ਉਹ ਮੇਰੇ ਕੋਲ ਕੀ ਹੁੰਦਾ? ਡਬਲ ਹੈਲਿਕਸ। ਜਿਹੜੀ ਇਹ ਇਕੱਲੀ ਚੀਜ਼ ਹੈਗੀ ਆ, ਇਹਨੂੰ ਅਸੀਂ ਕੀ ਬੋਲਦੇ ਹਾਂ? ਕ੍ਰੋਮਟੇਨ, ਠੀਕ ਹੈ? ਇਹ ਇਕੱਲੀ ਲੜੀ ਨੂੰ, ਇਹ ਕ੍ਰੋਮਟੇਨ ਹੈ। ਕ੍ਰੋਮਟੇਨ ਇਹ ਡਬਲ ਹੁੰਦੀ ਹੈ, ਡਬਲ ਹੈਲਿਕਸ ਹੁੰਦੀ ਆ, ਡਬਲ ਹੈਲਿਕਸ ਪਾ ਕੇ ਇਹਦਾ ਵੱਟ ਪੈ ਜਾਂਦੇ ਨੇ, ਠੀਕ ਹੈ? ਇਹਨੂੰ ਅਸੀਂ ਕੀ ਬੋਲਦੇ ਹਾਂ? DNA। ਇਹਦੇ ਵਿੱਚ ਇਹ ਛੋਟਾ ਜਿਹਾ ਪਾਰਟ, DNA ਦਾ ਛੋਟਾ ਜਿਹਾ ਪਾਰਟ, ਮੰਨ ਲਓ ਇਹਦੇ ਵਿੱਚ ਕੱਢਿਆ ਨਾ, ਆਹ ਪੂਰੀ ਕੀ ਆ, ਇਹਦੇ ਵਿੱਚ ਮੰਨ ਲਓ ਕੀ ਆ? DNA। ਇੰਨਾ ਕੁ ਹਿੱਸਾ ਕੀ ਆ? DNA ਹੈਗਾ, ਠੀਕ ਹੈ? ਜੀ DNA ਹੈ। DNA ਦੇ ਛੋਟੇ ਹਿੱਸੇ ਨੂੰ, ਹੋਰ ਹਿੱਸੇ ਨੂੰ DNA ਦੇ ਵਿੱਚ, ਜਿਹੜਾ ਹੋਰ ਛੋਟਾ ਹਿੱਸਾ ਹੋਏਗਾ ਆਹ ਵਾਲਾ, ਜਿਹੜੇ ਜੁੜੇ ਹੋਏ ਨੇ, ਜਿਹੜੇ ਕਿਸੇ ਖਾਸ ਕੰਮ, ਕੋਈ ਖਾਸ ਕੰਮ ਕਰਦੇ ਨੇ। ਖਾਸ ਕੰਮ ਮਤਲਬ ਜਿਵੇਂ ਸਾਡੀਆਂ ਅੱਖਾਂ ਬਣਨੀਆਂ ਨੇ,
ਸਾਡੀਆਂ ਅੱਖਾਂ ਬਣਨੀਆਂ ਨੇ, ਸਾਡਾ ਸਰੀਰ ਬਣਨਾ, ਇਹ ਸਾਰਾ ਆਪਾਂ ਡਿਟੇਲ 'ਚ ਪੜ੍ਹਾਂਗੇ। ਉਹ ਸਾਨੂੰ ਅਸੀਂ ਕੀ ਕਹਿੰਦੇ ਹਾਂ, ਉਹ ਜੀਨ ਨੇ, ਉਹ ਸਾਡੇ ਕੋਲ ਨੇ, ਉਹ ਜੀਨ ਹੋਣਗੇ। ਸਮਝ ਆ ਰਹੀ ਹੈ ਨਾ, ਕ੍ਰੋਮੋਸੋਮਸ ਸਾਡੇ ਕੋਲ ਕੀ ਹੋ ਗਿਆ ਚੀਜ਼, ਤਾਂ ਜਿਹੜਾ ਐਕਸ ਸ਼ੇਪ ਦਾ ਪੂਰਾ ਹੈਗਾ ਹੈ, ਐਕਸ ਸ਼ੇਪ ਦਾ ਸਾਡੇ ਕੋਲ ਪੂਰਾ ਹੈਗਾ ਹੈ, ਉਹ ਸਾਡੇ ਕੋਲ ਕੀ ਹੈ, ਇੱਕ ਕ੍ਰੋਮੋਸੋਮ ਆ। ਕ੍ਰੋਮੋਸੋਮ ਨੂੰ ਜੇ ਤਾਂ ਖੋਲ੍ਹ ਲਾਂਗੇ, ਠੀਕ ਹੈ, ਹਿਸਟੋਨ, ਆਹ ਜਿਹੜੇ ਗੋਲਿਆਂ 'ਤੇ ਚਿਪ ਚੜੇ ਹੋਏ ਨੇ, ਇਹ ਕੀ ਨੇ, ਹਿਸਟੋਨ ਨੇ। ਜਿਵੇਂ ਆਪਾਂ ਪਿੰਨਾਂ ਕਰਦੇ ਨਾ, ਇੱਕ ਉੱਤੇ ਰੱਖ ਕੇ ਡੋਰ ਲਪੇਟਣੀ ਸ਼ੁਰੂ ਕਰ ਦਿੰਦੇ ਹਾਂ, ਉਹ ਡੋਰ ਲਪੇਟਦੇ ਲਪੇਟਦੇ ਮੰਨ ਲਓ ਤੁਹਾਡੇ ਕੋਲ ਐਕਸ ਸ਼ੇਪ ਦੇ ਵਿੱਚ ਡੋਰ ਗੁੱਛੇ ਬਣ ਜਾਵੇ ਇੱਦਾਂ, ਠੀਕ ਹੈ, ਉਹ ਐਕਸ ਕ੍ਰੋਮੋਸੋਮ ਹੋ ਗਿਆ। ਤਾਂ ਇਹਦੇ ਵਿੱਚ ਕੀ ਆ, ਇਹ ਇੱਕ ਹਿੱਸੇ ਨੂੰ ਅਸੀਂ ਕੀ ਬੋਲਦੇ ਹਾਂ ਵੀ ਡੀ ਐੱਨ ਏ ਹੈ, ਅਤੇ ਡੀ ਐੱਨ ਏ ਵਿੱਚ ਹੋਰ ਛੋਟੀ ਚੀਜ਼ ਆ ਜਿਹੜੀ ਕਿਸੇ ਖਾਸ ਕੰਮ ਆਉਂਦੀ ਆ, ਉਹ ਸਾਡੇ ਕੋਲ ਕੀ ਨੇ, ਜੀਨ ਨੇ। ਇਹਦੇ ਉੱਤੇ ਤੁਸੀਂ ਵੀਡੀਓ ਦੇਖੋ ਯੂਟਿਊਬ 'ਚ, ਐਨੀਮੇਸ਼ਨ ਦੇਖੋ, ਤੁਹਾਨੂੰ ਹੋਰ ਡਿਟੇਲ 'ਚ ਸਮਝ ਆਏਗਾ ਚੈਪਟਰ ਸਾਰਾ। ਇਹ ਕਲੀਅਰ ਚੀਜ਼ ਹੈ, ਗਣਸੂਤਰ ਸਮਝ ਆ ਗਿਆ, ਗੁਣਸੂਤਰ, ਕਿਉਂਕਿ ਇਹਨਾਂ ਵਿੱਚ ਖਾਸ ਗੁਣ ਹੁੰਦੇ ਨੇ, ਠੀਕ ਹੈ, ਗੁਣਸੂਤਰ ਹੁੰਦੇ ਨੇ, ਖਾਸ ਗੁਣ ਹੁੰਦੇ ਨੇ, ਕਿਉਂਕਿ ਜਦੋਂ ਇਹ ਕੰਬਾਈਨ ਹੋਣਗੇ ਐਕਸ 'ਤੇ ਐਕਸ ਜਾਂ ਵਾਈ ਆ, ਐਕਸ 'ਤੇ ਐਕਸ, ਜਿੱਥੋਂ ਮਤਲਬ ਜੀਵ ਦੀ ਉਤਪਤੀ ਹੁੰਦੀ ਆ, ਉਹਦੇ ਨਾਲ ਫਿਰ ਪਤਾ ਲੱਗੂਗਾ ਕਿ ਵੀ ਇਹਦੀ ਅੱਖਾਂ ਦਾ ਰੰਗ ਕਿਹੜਾ ਹੋਏਗਾ, ਇਹਨਾਂ ਦੇ ਕੰਨਾਂ ਦਾ ਰੰਗ ਕਿਹੜਾ ਹੋਏਗਾ, ਇਹ 10ਵੀਂ ਕਲਾਸ 'ਚ ਜਾ ਕੇ ਆਪਾਂ ਪ੍ਰੋਪਰ ਸਮਝਾਂਗੇ ਸਾਰਾ, ਠੀਕ ਹੈ। ਇਹਨਾਂ ਵਿੱਚ ਜੀਨਸ ਹੁੰਦੇ ਹਨ ਜੋ ਅਨੁਵਾਂਸ਼ਿਕ ਗੁਣਾਂ ਨੂੰ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਸਥਾਨਾਂਤਰ ਕਰਦੇ ਹਨ, ਠੀਕ ਹੈ। ਜੀਨਸ ਕੀ ਹੋ ਗਏ, ਉਹ ਡੀ ਐੱਨ ਏ ਦਾ ਕੋਈ ਸਪੈਸ਼ਲ ਹਿੱਸਾ ਜਿਹੜਾ ਸਾਨੂੰ ਦੱਸੇਗਾ ਉਹ ਅੱਖਾਂ ਦਾ ਰੰਗ ਕੀ ਬਣਾਏਗਾ, ਉਹ ਕੀ ਬਣਾਏਗਾ, ਹੈ ਨਾ, ਜਾਂ ਕਿ ਬੋਡੀ ਦਾ ਕਲਰ ਕੀ ਬਣੇਗਾ, ਹੇਅਰਸ ਦਾ ਕਲਰ ਕੀ ਬਣੇਗਾ, ਉਹ ਕੀ ਹੁੰਦੇ ਨੇ, ਜੀਨਸ ਹੁੰਦੇ ਨੇ। ਇਹ ਇੱਕ ਪੀੜ੍ਹੀ ਦੂਜੀ ਪੀੜ੍ਹੀ ਤੱਕ ਸਥਾਨਾਂਤਰ ਕਿੱਦਾਂ ਹੁੰਦੇ ਨੇ, ਕਿਉਂਕਿ ਜਦੋਂ ਐਕਸ ਕ੍ਰੋਮੋਸੋਮ ਜਾਂ ਵਾਈ ਕ੍ਰੋਮੋਸੋਮ ਜਾਂ ਐਕਸ ਕ੍ਰੋਮੋਸੋਮ ਜਾਂ ਐਕਸ ਕ੍ਰੋਮੋਸੋਮ ਮਿਲਣਗੇ, ਫਿਰ ਕਿਉਂਕਿ ਜਿਹੜੀ ਜਣਕਾਂ, ਪੇਰੈਂਟਸ ਮਤਲਬ ਜਣਕ ਕੀ ਹੋ ਗਏ, ਜਿਹਨਾਂ ਨੇ ਪੈਦਾ ਕਰਨਾ, ਤੋ ਸੰਤਾਨ ਵਿੱਚ ਸਥਾਨਾਂਤਰਿਤ ਕਰਦੇ ਹਨ। ਗੁਣਸੂਤਰ ਸੈੱਲ ਦਾ ਵਿਭਾਜਨ ਸਮੇਂ ਹੀ ਵਿਖਾਈ ਦਿੰਦੇ ਹਨ, ਠੀਕ ਹੈ ਜੀ। ਚੀਜ਼ ਇਹ ਜੀਨ ਕੀ ਚੀਜ਼ ਹੋ ਗਈ ਫਿਰ, ਜੀਨ ਸੰਜੀਵਾਂ ਵਿੱਚ ਅਨੁਵਾਂਸ਼ਿਕ ਗੁਣਾਂ ਦੀ ਇੱਕ ਇਕਾਈ ਹੈ। ਅਨੁਵਾਂਸ਼ਿਕ ਕੀ ਨੇ ਸਾਡੇ ਕੋਲ, ਇਨਹੈਰੀਟੈਂਸ ਮਤਲਬ ਜਿਹੜੇ ਸਾਨੂੰ ਆਪਣੇ ਮਾਤਾ ਪਿਤਾ ਤੋਂ ਮਿਲਣੇ ਨੇ, ਅਨੁਵਾਂਸ਼ਿਕ ਉਹ ਚੀਜ਼ ਹੁੰਦੀ ਜਿਹੜੀ ਸਾਨੂੰ ਪੁਰਾਣੇ ਵੰਸ਼ ਤੋਂ ਮਿਲਦੀ ਆ ਰਹੀ ਹੈ ਜਿਹੜੀ, ਠੀਕ ਹੈ, ਜਿਹੜੀ ਪੁਰਾਣੀ ਵੰਸ਼ ਤੋਂ ਚੱਲਦੀ ਆ ਰਹੀ ਹੈ, ਜੋ ਜਨਕ ਤੋਂ ਸੰਤਾਨ ਵਿੱਚ ਅਨੁਵਾਂਸ਼ਿਕ ਗੁਣਾਂ ਦੇ ਸਥਾਨਾਂਤਰਨ ਨੂੰ ਕੰਟਰੋਲ ਕਾਬੂ ਵਿੱਚ ਰੱਖਦੇ ਹਨ। ਇਸ ਦਾ ਠੀਕ ਹੈ ਕੀ ਕਰਦੇ ਨੇ, ਇਹ ਜਨਕ ਤੋਂ ਸੰਤਾਨ ਵਿੱਚ ਅਨੁਵਾਂਸ਼ਿਕ ਗੁਣਾਂ ਦੇ ਸਥਾਨਾਂਤਰ ਨੂੰ ਕੰਟਰੋਲ ਵਿੱਚ ਕਾਬੂ ਵਿੱਚ ਰੱਖਦੇ ਨੇ। ਮਤਲਬ ਜੇ ਫਾਦਰ ਦਾ ਹੇਅਰ ਕਲਰ ਕੀ ਹੈ, ਬਲੈਕ ਹੈ, ਮਦਰ ਦਾ ਹੇਅਰ ਕੀ ਕਲਰ ਕੀ ਹੈ, ਬਰਾਊਨ ਹੈ, ਤਾਂ ਕੀ ਕਲਰ ਕਿਹੜਾ ਹੋਏਗਾ, ਬਲੈਕ ਕਿ ਬਰਾਊਨ। ਜਿਹੜਾ ਡੋਮੀਨੈਂਟ ਹੁੰਦਾ ਨਾ, ਉਹ ਆਪਾਂ ਪੜ੍ਹਾਂਗੇ ਜਿਹਦੇ 'ਚ ਮੈਂਡਲ ਵਾਲਾ ਚੈਪਟਰ ਹੈ, ਉੱਥੋਂ ਸਾਨੂੰ ਪਤਾ ਲੱਗੂਗਾ ਵੀ ਕਿੱਦਾਂ ਅਸੀਂ ਕਰਦੇ ਹਾਂ ਵੀ ਅੱਖਾਂ ਦਾ ਰੰਗ ਕਿਹੜਾ ਹੋਏਗਾ, ਵੀ ਉਹ ਜੀਨ ਦੇ, ਉਹ ਸਾਰਾ ਚੈਪਟਰ ਜੀਨ ਦੇ ਉੱਤੇ ਆ, ਮੈਂਡਲ ਵਾਲਾ 10ਵੀਂ ਕਲਾਸ ਦਾ। ਇਸ ਦਾ ਭਾਵ ਇਹ ਹੈ ਕਿ ਤੁਹਾਡੇ ਮਾਤਾ ਪਿਤਾ ਦੇ ਕੁਝ ਗੁਣ ਲੱਛਣ ਉਹਨਾਂ ਤੋਂ ਤੁਹਾਨੂੰ ਪ੍ਰਾਪਤ ਹੋਏ ਹਨ। ਜੇਕਰ ਤੁਹਾਡੇ ਪਿਤਾ ਜੀ ਦੀਆਂ ਅੱਖਾਂ ਦਾ ਰੰਗ ਪੂਰਾ ਹੈ ਤਾਂ ਸੰਭਵ ਹੈ ਕਿ ਤੁਹਾਡੀਆਂ ਅੱਖਾਂ ਦਾ ਰੰਗ ਵੀ ਪੂਰਾ ਹੋਵੇ। ਜੇਕਰ ਤੁਹਾਡੀ ਮਾਤਾ ਜੀ ਦੇ ਵਾਲ ਘੁੰਗਰਾਲੇ ਹਨ ਤਾਂ ਤੁਹਾਡੇ ਵਾਲ ਵੀ ਘੁੰਗਰਾਲੇ ਹੋ ਸਕਦੇ ਹਨ। ਪਰੰਤੂ ਜਣਕਾਂ ਤੋਂ ਪ੍ਰਾਪਤ ਭਿੰਨ ਭਿੰਨ ਲੱਛਣਾਂ ਵਾਲੇ ਜੀਨਾਂ ਦੇ ਸੰਯੋਗ ਕਾਰਨ ਲੱਛਣ ਵੀ ਭਿੰਨ ਹੋ ਸਕਦੇ ਹਨ। ਇੱਦਾਂ ਬਿਮਾਰੀਆਂ ਵੀ ਸਾਨੂੰ ਮਿਲਦੀਆਂ ਨੇ ਆਪਣੇ ਪੇਰੈਂਟਸ ਤੋਂ। ਜੇ ਉਹਨਾਂ ਦੇ ਵਿੱਚ ਉਹ ਚੀਜ਼ਾਂ ਕਮਜ਼ੋਰ ਸੀ ਤਾਂ ਤੁਹਾਡੇ ਵਿੱਚ ਵੀ ਉਹਨਾਂ ਦੀ ਹੋਣ ਦੀ ਸੰਭਾਵਨਾ ਹੋ ਸਕਦੀ ਹੈ। ਜਦੋਂ ਕਦੇ ਕਿਸੇ ਨੂੰ ਟੀਬੀ ਹੁੰਦੀ ਹੈ ਤਾਂ ਪਹਿਲਾਂ ਪੁੱਛਿਆ ਜਾਂਦਾ ਹੈ ਤੁਹਾਡੇ ਫੈਮਿਲੀ ਬੈਕਗ੍ਰਾਊਂਡ 'ਚ ਕਿਸੇ ਨੂੰ ਹੋਈ ਸੀ। ਜੇ ਕਿਸੇ ਨੂੰ ਸ਼ੂਗਰ ਹੁੰਦੀ ਹੈ ਤਾਂ ਪਹਿਲਾਂ ਪੁੱਛਿਆ ਜਾਂਦਾ ਹੈ ਕਿ ਸ਼ੂਗਰ ਹੋਈ ਸੀ। ਜੇ ਕਿਸੇ ਦੇ ਵਾਲ ਝੜਦੇ ਨੇ ਤਾਂ ਪੁੱਛਿਆ ਜਾਂਦਾ ਕਿ ਤੁਹਾਡੇ ਪੇਰੈਂਟਸ ਦੇ ਕਿਸੇ ਦੇ ਵਾਲ ਝੜਦੇ ਸੀਗੇ, ਮਤਲਬ ਉਹ ਡੀ ਐੱਨ ਏ 'ਚ ਹੀ ਪ੍ਰੋਬਲਮ ਹੈ। ਸਮਝਦੇ ਨਾ, ਉਹ ਡੀ ਐੱਨ ਏ 'ਚ ਹੀ ਪ੍ਰੋਬਲਮ ਹੈ, ਉਹ ਕੋਈ ਬਿਮਾਰੀ ਨਹੀਂ ਹੈਗੀ, ਪਿੱਛੋਂ ਚੱਲਦਾ ਆ ਰਿਹਾ ਹੈ। ਡੀ ਐੱਨ ਏ ਨੂੰ ਸੁਧਾਰਨਾ ਬਹੁਤ ਔਖਾ ਹੈ, ਡੀ ਐੱਨ ਏ ਨੂੰ ਅਸੀਂ ਚੇਂਜ ਨਹੀਂ ਕਰ ਸਕਦੇ ਹੈਗੇ, ਮਤਲਬ ਇੱਦਾਂ ਦੀ ਦਵਾਈਆਂ ਜਾਂ ਕੈਮੀਕਲ ਨਹੀਂ ਹੈਗੇ। ਬਿਮਾਰੀ ਠੀਕ ਕੀਤੀ ਜਾ ਸਕਦੀ ਆ, ਅਨੁਵਾਂਸ਼ਿਕ ਗੁਣ ਵੱਡੇ ਹੋਣ 'ਤੇ ਬਦਲਣੇ ਬਹੁਤ ਔਖੇ ਹੁੰਦੇ ਨੇ, ਕਿਉਂਕਿ ਇਹ ਤਾਂ ਕਰੋੜਾਂ ਸਾਲਾਂ ਦੀ ਜਿਹੜੀ ਸਾਡੀ ਪੀੜ੍ਹੀਆਂ ਚੱਲੀਆਂ ਆ ਰਹੀਆਂ ਨੇ, ਕਰੋੜਾਂ ਸਾਲਾਂ ਤੋਂ ਜਿਹੜਾ ਮਨੁੱਖ ਦਾ ਦੇ ਵਿੱਚ ਚੇਂਜਿਸ ਆਏ ਨੇ, ਉਹਦਾ ਫਲ ਹੈ ਇਹ ਸਾਰਾ, ਠੀਕ ਹੈ ਜੀ। ਅਨੁਵਾਂਸ਼ਿਕ ਗੁਣ ਕਰੋੜਾਂ ਸਾਲਾਂ ਤੋਂ, ਅਨੁਵਾਂਸ਼ਿਕ ਗੁਣਾਂ ਦੇ ਸਥਾਨਾਂਤਰ ਤੋਂ ਇਲਾਵਾ ਕੇਂਦਰਕ ਸੈੱਲ ਦੇ ਅੰਦਰ ਹੋਣ ਵਾਲੀਆਂ ਪ੍ਰਕਿਰਿਆਤਾਵਾਂ 'ਤੇ ਵੀ ਕੰਟਰੋਲ ਕਰਦਾ ਹੈ। ਕੌਣ ਕੇਂਦਰਕ ਹੈ ਨਾ, ਜਿਹੜਾ ਕੇਂਦਰਕ ਅਨੁਵਾਂਸ਼ਿਕ ਗੁਣਾਂ ਦੇ ਸਥਾਨਾਂਤਰ ਤੋਂ ਇਲਾਵਾ ਕੇਂਦਰਕ ਸੈੱਲ ਦੇ ਅੰਦਰ ਹੋਣ ਵਾਲੀਆਂ ਪ੍ਰਕਿਰਿਆਵਾਂ, ਜਿਵੇਂ ਕੇਂਦਰਕ ਜਿਹੜਾ ਨਿਊਕਲੀਅਸ ਹੈ ਉਹਦੇ ਅੰਦਰ ਕੋਈ ਆਪਣੀਆਂ ਅਲੱਗ ਕਿਰਿਆਵਾਂ ਵੀ ਹੁੰਦੀਆਂ ਨੇ। ਉਹ 'ਚ ਆਰ ਐੱਨ ਏ ਬਣਦਾ ਹੈ, ਠੀਕ ਹੈ, ਐੱਮ ਆਰ ਐੱਨ ਏ ਬਣਦਾ ਹੈ, ਇਹ ਹੋਰ ਡਿਟੇਲ ਦੇ ਵਿੱਚ ਗੱਲਾਂ ਨੇ। ਉਹਦੇ 'ਚ ਰਾਈਬੋਸੋਮਸ ਤਿਆਰ ਹੁੰਦੇ ਨੇ, ਉਹਨਾਂ ਨੂੰ ਵੀ ਕੰਟਰੋਲ ਕਰਦਾ ਹੈ। ਸੰਜੀਵ ਸੈੱਲਾਂ ਦੇ ਸਾਰੇ ਸੰਗਠਨਾਂ ਨੂੰ ਇਕੱਠਾ ਤੌਰ 'ਤੇ ਪ੍ਰੋਟੋਪਲਾਜ਼ਮ ਜੀਵ ਦਰਵ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਅੱਛਾ, ਹੁਣ ਨਵਾਂ ਵਰਡ ਆ ਗਿਆ, ਪ੍ਰੋਟੋਪਲਾਜ਼ਮ, ਇਹ ਸਾਈਟੋਪਲਾਜ਼ਮ ਨਹੀਂ ਹੈ। ਤਾਂ ਪ੍ਰੋਟੋਪਲਾਜ਼ਮ ਕੀ ਆ, ਸੰਜੀਵ ਸੈੱਲ ਦੇ ਸਾਰੇ ਸੰਗਠਕ ਇਕੱਠੇ ਕਰ ਲਓ। ਕਿਹੜੇ ਕਿਹੜੇ ਸੰਗਠਨ ਇਕੱਠੇ ਕਰ ਸਕਦੇ ਹਾਂ ਆਪਾਂ, ਕੀ ਨਾਮ ਦੇਣਾ ਇਹਨੂੰ, ਪ੍ਰੋਟੋਪਲਾਜ਼ਮ। ਤਾਂ ਕੀ ਆ ਗਿਆ ਇਸ ਵਿੱਚ, ਸੈੱਲ ਦਰਵ ਤੁਹਾਨੂੰ ਸਮਝ ਆਉਣਾ ਚਾਹੀਦਾ ਕੀ ਹੈ, ਸੈੱਲ ਦਰਵ ਕੀ ਆ, ਹੈ ਨਾ, ਸਾਈਟੋਪਲਾਜ਼ਮ, ਇਹ ਕੀ ਹੈ, ਸਾਈਟੋਪਲਾਜ਼ਮ। ਫਿਰ ਦੂਜੀ ਚੀਜ਼ ਕੀ ਹੈਗੀ, ਕੇਂਦਰਕ ਨਿਊਕਲੀਅਸ, ਕੀ ਆ ਗਿਆ, ਕੇਂਦਰਕ, ਅਤੇ ਦਰਵ, ਕੇਂਦਰਕ ਦਰਵ ਵੀ ਆ ਗਿਆ, ਠੀਕ ਹੈ। ਜੋ ਵੀ ਉਹਦੇ ਵਿੱਚ ਹੋਏਗਾ ਇਹ ਸ਼ਾਮਿਲ ਹੁੰਦੇ ਨੇ, ਸਾਰੇ ਨੂੰ ਲੱਗ ਕੇ ਅਸੀਂ ਕੀ ਬੋਲਦੇ ਹਾਂ, ਪ੍ਰੋਟੋਪਲਾਜ਼ਮ। ਤਿੰਨ ਚੀਜ਼ਾਂ ਆ ਗਈਆਂ, ਸੈੱਲ ਦਰਵ ਆ ਗਿਆ, ਕੇਂਦਰਕ ਦਰਵ ਆ ਗਿਆ,
ਕਹਿਣ ਦਾ ਮਤਲਬ ਇਹ ਹੋ ਗਿਆ ਕਿ ਇੱਕ ਤਾਂ ਦੇਖੋ ਸੈੱਲ, ਇੱਕ ਤਾਂ ਦੇਖੋ ਸੈੱਲ ਸੀਗਾ, ਇਹਦੇ ਵਿੱਚ ਇੱਕ ਲਿਕੁਇਡ ਫਲੂਇਡ ਸੀਗਾ, ਠੀਕ ਹੈ ਜੀ। ਇਹ ਜੇ ਲਿਕੁਇਡ ਫਲੂਇਡ ਸੀ, ਇਹਦੇ ਤੁਹਾਡੇ ਕੋਲ ਕੀ ਸੀਗਾ? ਸਾਈਟੋਪਲਾਜ਼ਮ। ਇੱਕ ਕੇਂਦਰਕ ਵੀ ਆ ਗਿਆ, ਕੇਂਦਰਕ ਦੇ ਵਿੱਚ ਨਿਊਕਲੀਓਲਸ ਹੈਗੇ ਨੇ ਨਾ, ਤਾਂ ਕੇਂਦਰਕ ਦੇ ਵਿੱਚ ਵੀ ਕੀ ਹੈਗਾ? ਇੱਕ ਫਲੂਇਡ ਹੈਗਾ ਹੈ, ਠੀਕ ਹੈ। ਉਹ ਨਿਊਕਲੀਅਸ ਦਾ ਫਲੂਇਡ ਹੈਗਾ, ਇਹ ਦੋਨਾਂ ਨੂੰ ਜੇ ਆਪਾਂ ਜੋੜ ਦਿੰਦੇ ਹਾਂ ਤਾਂ ਮੇਰੇ ਕੋਲ ਕੀ ਬਣ ਜਾਂਦਾ ਹੈ? ਪ੍ਰੋਟੋਪਲਾਜ਼ਮ ਬਣ ਜਾਂਦਾ ਹੈ। ਸੈੱਲ ਦ੍ਰਵ ਅਤੇ ਕੇਂਦਰਕ ਦ੍ਰਵ ਦੋਨੋਂ ਸ਼ਾਮਿਲ ਹੁੰਦੇ ਹਨ ਜੋ ਪ੍ਰੋਟੋਪਲਾਜ਼ਮ ਜੀਵ ਦ੍ਰਵ ਜਾਂ ਸੈੱਲ ਜਾਂ ਜੀਵ ਪਦਾਰਥ ਅਖਵਾਉਂਦੇ ਹਨ। ਕਲੀਅਰ ਚੀਜ਼ ਹੈ। ਪਹਿਲੀ ਵੀ ਜਾਣਾ ਚਾਹੁੰਦੀ ਹੈ ਕਿ ਪੌਦਿਆਂ, ਜੰਤੂ ਅਤੇ ਜੀਵਾਣੂ ਦੇ ਸੈੱਲਾਂ ਵਿੱਚ ਲਈ ਕੇਂਦਰਕ ਦੀ ਸੰਰਚਨਾ ਇੱਕ ਸਮਾਨ ਹੁੰਦੀ ਹੈ। ਕਿ ਕੇਂਦਰਕ ਸਾਰਿਆਂ ਵਿੱਚ ਸੇਮ ਹੁੰਦੇ ਨੇ, ਮੀਨਸ ਕਿ ਜਿਹੜੇ ਪੌਦੇ ਆ ਉਹਦੇ ਵਿੱਚ ਕੇਂਦਰਕ ਸੇਮ ਹੁੰਦਾ ਹੈ, ਜਿਹੜੇ ਜੰਤੂ ਨੇ ਉਹ 'ਚ ਕੇਂਦਰਕ ਸੇਮ ਹੁੰਦਾ ਹੈ, ਅਤੇ ਜਿਹੜੇ ਜੀਵਾਣੂ ਨੇ ਜਿਵੇਂ ਬੈਕਟੀਰੀਆ ਹੋ ਗਏ ਉਹਨਾਂ 'ਚ ਕੇਂਦਰਕ ਸੇਮ ਹੁੰਦਾ ਹੈ, ਠੀਕ ਹੈ। ਇਹ ਬਹੁਤ ਇੰਪੋਰਟੈਂਟ ਚੀਜ਼ ਹੈ, ਬਹੁਤ ਇੰਪੋਰਟੈਂਟ ਕਨਸੈਪਟ ਹੈਗਾ ਜਿਹੜਾ ਆਪਾਂ ਸਮਝਣ ਲੱਗੇ ਹਾਂ। ਜੀਵਾਣੂ ਸੈੱਲਾਂ ਦਾ ਕੇਂਦਰਕ, ਬਹੁਤ ਸਾਰੇ ਜੀਵਾਂ ਦੇ ਕੇਂਦਰਕ ਦੀ ਤਰ੍ਹਾਂ ਸੰਗਠਿਤ ਨਹੀਂ ਹੁੰਦਾ, ਠੀਕ ਹੈ, ਜਿਹੜੇ ਜੀਵਾਣੂ ਹੋਣਗੇ, ਠੀਕ ਹੈ। ਇਸ ਵਿੱਚ ਕੇਂਦਰਕ ਝਿੱਲੀ ਨਹੀਂ ਹੁੰਦੀ, ਇਹਦੇ ਵਿੱਚ ਕੇਂਦਰਕ ਝਿੱਲੀ ਨਹੀਂ ਹੁੰਦੀ। ਕੀ ਪੰਗਾ ਪੈ ਜਾਂਦਾ ਇਹਦੇ ਵਿੱਚ? ਜਿਹੜਾ ਇਹਦੇ ਵਿੱਚ ਨਾ ਵੀ ਕੇਂਦਰਕ ਝਿੱਲੀ ਨਹੀਂ ਹੁੰਦੀ ਹੈਗੀ, ਤਾਂ ਇਹਦਾ ਮਤਲਬ ਇਹ ਆ ਕਿ ਜਿਹੜਾ ਕੇਂਦਰਕ, ਕੇਂਦਰ ਦਾ ਸਮਾਨ ਹੈ ਨਾ, ਉਹ ਸਾਰਾ ਵਿੱਚ ਹੀ ਤਿਆਰ ਰਹਿੰਦਾ ਹੈ। ਮੰਨ ਲਓ ਆ ਸੈੱਲ ਹੋ ਗਿਆ, ਇਹਦੇ ਵਿੱਚ ਕੇਂਦਰਕ ਦੀ ਝਿੱਲੀ ਨਹੀਂ ਹੈਗੀ, ਬਾਕੀ ਸਾਰੇ ਪਾਰਟਸ ਹੋਣਗੇ। ਬਾਹਰ ਝਿੱਲੀ ਤਾਂ ਹੈਗੀ ਆ, ਬਾਹਰ ਝਿੱਲੀ ਤਾਂ ਹੈਗੀ ਆ, ਪਰ ਕੇਂਦਰਕ 'ਚ ਝਿੱਲੀ ਨਹੀਂ ਹੈਗੀ। ਮੈਂ ਜਿਹੜਾ ਇਹਦਾ ਡੀ ਐੱਨ ਏ ਹੋ ਗਿਆ ਵਿੱਚ, ਹੈ ਨਾ, ਡੀ ਐੱਨ ਏ ਪਲੱਸ ਆਰ ਐੱਨ ਏ ਜੋ ਵੀ ਇਹਦੇ 'ਚ ਹੋਣਗੇ, ਇਹ ਬਾਹਰ ਤੈਰਦੇ ਰਹਿੰਦੇ ਹੁੰਦੇ, ਇਹਦੇ ਉੱਤੇ ਝਿੱਲੀ ਆਹ ਨਹੀਂ ਹੈਗੀ। ਇਹਨੂੰ ਭੁੱਲ ਜਾਓ ਵੀ ਉੱਪਰ ਝਿੱਲੀ ਨਹੀਂ ਹੈ। ਕਿਹਦੇ ਕੋਲ? ਜੀਵਾਣੂ ਕੋਲ। ਕਲੀਅਰ ਚੀਜ਼। ਬੈਕਟੀਰੀਆ ਟਾਈਪ ਹੋ ਗਏ ਜਿਹੜੇ, ਠੀਕ ਹੈ। ਇਸ ਵਿੱਚ ਕੇਂਦਰਕ ਝਿੱਲੀ ਨਹੀਂ ਹੁੰਦੀ। ਅਜਿਹੇ ਸੈੱਲ ਜਿਨ੍ਹਾਂ ਦਾ ਕੇਂਦਰਕ ਦ੍ਰਵ, ਕੇਂਦਰਕ ਪਦਾਰਥ ਕੇਂਦਰ ਝਿੱਲੀ ਤੋਂ ਰਹਿਤ ਹੁੰਦਾ ਹੈ, ਠੀਕ ਹੈ, ਜਿਨ੍ਹਾਂ ਦਾ ਕੇਂਦਰਕ ਦ੍ਰਵ, ਮਤਲਬ ਉਹਦੇ ਦ੍ਰਵ ਕੇਂਦਰਕ ਝਿੱਲੀ ਨਹੀਂ ਲੱਗੀ ਹੁੰਦੀ, ਉਹਨੂੰ ਅਸੀਂ ਕੀ ਬੋਲਦੇ ਹਾਂ? ਪ੍ਰੋਕਰੀਓਟਿਕ ਸੈੱਲ ਕਹਾਉਂਦਾ ਹੈ। ਇਹਨੂੰ ਅਸੀਂ ਕੀ ਕਹਿੰਦੇ ਹਾਂ? ਪ੍ਰੋਕਰੀਓਟਿਕ ਸੈੱਲ। ਇਹਨੂੰ ਇਹ ਮੰਨ ਲਓ, ਪ੍ਰੋ ਮਤਲਬ ਪੁਰਾਣੇ, ਮੰਨ ਲਓ ਇਹ ਪੁਰਾਣੇ ਸੀਗੇ ਸਭ ਤੋਂ ਪਹਿਲਾਂ, ਕਿਉਂਕਿ ਸਭ ਤੋਂ ਪਹਿਲਾਂ ਕੌਣ ਆਏ ਸੀਗੇ? ਜੀਵਾਣੂ ਕਿਹੜੇ ਸੀ? ਨੀਲੀ ਹਰੀ ਖਾਈ ਅਤੇ ਬੈਕਟੀਰੀਆ ਵਰਗੇ ਆਏ ਸੀਗੇ ਜਿਹੜੇ ਪੁਰਾਣੇ ਨੇ। ਇਹਨਾਂ ਦੇ ਜਿਹੜਾ ਨਿਊਕਲੀਅਸ ਸੀ ਨਾ, ਉਹ ਕਵਰ 'ਚ ਨਹੀਂ ਹੁੰਦਾ ਸੀਗਾ, ਅਤੇ ਅੱਜ ਵੀ ਨਹੀਂ ਹੈਗਾ ਇਹਨਾਂ ਦਾ ਕਵਰ ਦੇ ਵਿੱਚ। ਇਹ ਬਹੁਤ ਪੁਰਾਣੇ ਜੀਵ ਨੇ, ਇਹ ਅਰਬਾਂ ਖਰਬਾਂ ਸਾਲ ਪੁਰਾਣੇ ਜੀਵ ਨੇ। ਅਸੀਂ ਤਾਂ ਬਹੁਤ ਨਵੇਂ ਪੈਦਾ ਹੋਏ ਹਾਂ, ਠੀਕ ਹੈ। ਸਾਡੀ ਹੁਣ ਤਾਂ 10-15 ਹਜ਼ਾਰ ਸਾਲ ਪੁਰਾਣੀ ਆ, ਠੀਕ ਹੈ। ਇਹ ਤੋਂ ਜ਼ਿਆਦਾ ਅਸੀਂ ਪੁਰਾਣੇ ਨਹੀਂ ਹੈਗੇ। ਵੱਧ ਤੋਂ ਵੱਧ 20-50 ਹਜ਼ਾਰ ਸਾਲ ਸਾਡੀ ਸਾਨੂੰ ਮੰਨਿਆ ਜਾਂਦਾ ਵੀ ਅਸੀਂ ਸਾਡੇ ਹਿਊਮਨਸ ਨੂੰ ਬਣਿਆ ਨੂੰ, ਜਿਹੜੇ ਅਸੀਂ ਆ ਹੋਮੋਸੇਪੀਅਨ ਅਸੀਂ, ਹੈ ਨਾ, ਅਸੀਂ ਕੀ ਹਾਂ? ਹੋਮੋਸੇਪੀਅਨਸ ਆ, ਜਿਹੜੀ ਸਭ ਅਸੀਂ, ਮਤਲਬ ਇਹ ਕਹਿੰਦੇ ਨੇ ਵੀ ਬਾਂਦਰਾਂ ਤੋਂ ਕੀ ਆ ਅਸੀਂ ਮਨੁੱਖ ਬਣੇ ਆ, ਕਲੀਅਰ ਆ ਚੀਜ਼। ਤਾਂ ਅਸੀਂ ਹੋਮੋਸੇਪੀਅਨਸ ਆ, ਇਹ 50 ਹਜ਼ਾਰ ਸਾਲ ਪੁਰਾਣਾ ਸਾਡਾ ਹੀ ਬੈਕਗਰਾਊਂਡ ਹੈ, ਠੀਕ ਹੈ। ਅਤੇ ਜਿਹੜੇ ਇਹ ਸੈੱਲਸ ਨੇ ਇਹ ਤਾਂ ਬਹੁਤ ਪੁਰਾਣੇ ਨੇ, ਠੀਕ ਹੈ, ਪ੍ਰੋਕਰੀਓਟਿਕ। ਪਰ ਸਾਡੇ ਵਿੱਚ ਕੀ ਹੈ? ਅਸੀਂ ਜਿਹੜੇ ਸਾਡੇ ਸੈੱਲ ਨੇ, ਸਾਡੇ ਵਿੱਚ ਨਿਊਕਲੀਅਸ ਆ ਗਿਆ ਹੈ। ਕਹਿੰਦਾ ਇਸ ਕਿਸਮ ਦੇ ਸੈੱਲਾਂ ਵਾਲੇ ਜੀਵ ਨੂੰ ਪ੍ਰੋਕਰੀਓਟਿਕਸ ਕਹਿੰਦੇ ਹਨ। ਜੀਵਾਣੂ ਅਤੇ ਨੀਲੀ ਹਰੀ ਕਾਈ ਅਜਿਹੇ ਜੀਵਾਂ ਦੇ ਉਦਾਹਰਣ ਹਨ। ਪਿਆਜ਼ ਦੀ ਝਿੱਲੀ ਅਤੇ ਗਲ ਦੇ ਸੈੱਲਾਂ ਵਿੱਚ ਪੂਰੀ ਤਰ੍ਹਾਂ ਵਿਕਸਿਤ ਕੇਂਦਰਕ ਹੁੰਦਾ ਹੈ, ਪੂਰੀ ਤਰ੍ਹਾਂ ਵਿਕਸਿਤ ਕੇਂਦਰਕ ਵੀ ਹੁੰਦਾ ਹੈ ਅਤੇ ਉਹਦੀ ਝਿੱਲੀ ਵੀ ਹੁੰਦੀ ਹੈ। ਅਜਿਹੇ ਸੈੱਲ ਯੂਕਰੀਓਟਿਕ ਸੈੱਲ ਕਹਾਉਂਦੇ ਹਨ। ਅਜਿਹੇ ਸੈੱਲਾਂ ਵਾਲੇ ਜੀਵ ਨੂੰ ਯੂਕਰੀਓਟਿਕਸ ਜੀਵ ਕਹਾਉਂਦੇ ਨੇ। ਅਸੀਂ ਕਿਹੜੇ ਹਾਂ? ਯੂਕਰੀਓਟਿਕਸ ਹਾਂ ਅਸੀਂ। ਈਯੂ, ਈਯੂ ਮੀਨਸ ਮੰਨ ਲਓ ਨਿਊ, ਇਹਦਾ ਯਾਦ ਰੱਖ ਲਓ, ਈਯੂ ਨਿਊ, ਈਯੂ ਤੋਂ ਨਿਊ ਕਰ ਲਓ। ਅਤੇ ਪ੍ਰੋ ਮੀਨਸ ਪੁਰਾਣਾ, ਪੁਰਾਣਾ ਯਾਦ ਕਰ ਲਓ, ਪ੍ਰੋਕਰੀਓਟਿਕ ਪੁਰਾਣੇ ਸੈੱਲ। ਅਸੀਂ ਨਵੇਂ ਸੈੱਲਾਂ, ਅਸੀਂ ਵਿਕਸਿਤ ਸੈੱਲਾਂ, ਠੀਕ ਹੈ। ਸਾਡੇ ਜਿਹੜੇ ਸੈੱਲ ਨੇ ਵਿਕਸਿਤ ਹੋ ਚੁੱਕੇ ਨੇ, ਸਾਡੇ ਸੈੱਲਾਂ ਨੇ ਕੇਂਦਰਕ ਦੇ ਉੱਤੇ ਆਪਣੀ ਝਿੱਲੀ ਵੀ ਬਣਾ ਲਈ ਹੈ। ਜਿਹੜੇ ਇਹ ਸੈੱਲ ਸੀਗੇ, ਇਹਨਾਂ ਦੇ ਕੇਂਦਰਕ ਦੇ ਉੱਤੇ ਝਿੱਲੀ ਨਹੀਂ ਬਣੀ ਹੋਈ ਹੈਗੀ ਹੈ, ਠੀਕ ਹੈ। ਪ੍ਰੋਕਰੀਓਟਿਕ ਅਤੇ ਯੂਕਰੀਓਟਿਕ ਤੁਸੀਂ ਜ਼ਰੂਰ ਯਾਦ ਰੱਖਣੇ ਨੇ। ਮਤਲਬ ਸੈੱਲ ਕਿੰਨੇ ਪ੍ਰਕਾਰ ਦੇ ਹੋ ਗਏ? ਬੇਸਿਕਲੀ ਸੈੱਲ 2 ਟਾਈਪਸ ਹੋ ਗਏ। ਕਿਹੜੇ ਹੋ ਗਏ? ਪ੍ਰੋ ਅਤੇ ਯੂ। ਪ੍ਰੋ ਕਿਹੜੇ ਹੋ ਗਏ? ਜਿਹਨਾਂ ਜਿਹੜੇ ਕੇਂਦਰਕ ਹੈ, ਕੇਂਦਰਕ 'ਤੇ ਝਿੱਲੀ ਨਹੀਂ। ਅਤੇ ਸਾਡੇ ਵੇਲੇ 'ਚ ਕੀ ਹੈ? ਕੇਂਦਰਕ ਅਤੇ ਝਿੱਲੀ ਹੈ। ਸਾਡਾ ਕੇਂਦਰਕ ਜਿਹੜਾ ਇੱਦਾਂ ਨਹੀਂ ਤੁਰਿਆ ਫਿਰਦਾ, ਜਿਹੜਾ ਸਾਡਾ ਡੀ ਐੱਨ ਏ ਆ ਉਹ ਸਾਈਟੋਪਲਾਜ਼ਮ 'ਚ ਕਿਤੇ ਵੀ ਨਹੀਂ ਤੁਰਿਆ ਫਿਰਦਾ ਹੈਗਾ, ਠੀਕ ਹੈ ਨਾ, ਸਮਝ ਲਓ ਨਾ। ਇਹਦੇ ਉੱਤੇ ਵੀ ਯੂਟਿਊਬ 'ਤੇ ਵੀਡੀਓ ਦੇਖੋ, ਇਮੇਜਸ ਦੇਖੋ, ਜ਼ਿਆਦਾ ਕਲੀਅਰ ਹੋਏਗਾ। ਸੂਖਮਦਰਸ਼ੀ ਵਿੱਚ ਪਿਆ, ਮੈਂ ਤੁਹਾਨੂੰ ਸਿਰਫ ਪੜ੍ਹਾ ਸਕਦਾ, ਐਨੀਮੇਸ਼ਨ ਦੀ ਮੇਰੇ ਕੋਲ ਕੋਈ ਉਹ ਚੀਜ਼ ਨਹੀਂ ਹੈਗੀ ਜਿਹਦੇ 'ਚ ਮੈਂ ਤੁਹਾਨੂੰ ਐਨੀਮੇਸ਼ਨ ਕਰਕੇ ਬਣਾ ਕੇ ਦਿਖਾ ਦੇਵਾਂ ਨਾ। ਇਸ ਲਈ ਯੂਟਿਊਬ 'ਤੇ ਬਹੁਤ ਮਟੀਰੀਅਲ ਪਏ ਨੇ, ਕੋਈ ਮੈਡੀਕਲਸ ਦੀਆਂ ਜਿਹੜੀਆਂ ਹੈਗੀਆਂ ਨੇ, ਜੋ ਅੰਗਰੇਜ਼ ਬਣਾਉਂਦੇ ਨੇ ਨਾ, ਫੋਰਨਰਸ ਨੇ ਬਣਾਈ ਹੋਈਆਂ ਨੇ, ਉਹਨਾਂ ਨੂੰ ਜਾ ਕੇ ਦੇਖੋ, ਤੁਹਾਨੂੰ ਬਹੁਤ ਡਿਟੇਲ 'ਚ ਚੀਜ਼ਾਂ ਸਮਝ ਆਣਗੀਆਂ। ਨਾਮ ਤਾਂ ਉਹੀ ਨੇ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਸੇਮ ਸੇਮ ਹੀ ਨੇ, ਠੀਕ ਹੈ। ਅੰਗਰੇਜ਼ੀ 'ਚ ਵੀ ਯਾਦ ਕਰ ਲਓ, ਠੀਕ ਹੈ, ਪੰਜਾਬੀ 'ਚ ਵੀ ਤਾਂ ਯਾਦ ਕੀਤੀ, ਅੰਗਰੇਜ਼ੀ ਵੀ ਯਾਦ ਕਰ ਲਓ ਜੇ, ਕਿਉਂਕਿ ਸਰ ਬਹੁਤ ਔਖਾ ਹੁੰਦਾ ਹੈ। ਤਾਂ ਕੁਰਸੀ ਦਾ ਵੀ ਤਾਂ ਤੁਹਾਨੂੰ ਅੰਗਰੇਜ਼ੀ 'ਚ ਨਾਮ ਪਤਾ ਹੀ ਹੈ, ਰਸੋਈ ਦਾ ਵੀ ਤਾਂ ਅੰਗਰੇਜ਼ੀ ਦਾ ਨਾਮ ਵੀ ਪਤਾ ਹੀ ਹੈ, ਆਪਣੀ ਬੋਡੀ ਦਾ ਪਾਰਟ ਦਾ ਵੀ ਤਾਂ ਅੰਗਰੇਜ਼ੀ ਨਾਮ ਦਾ ਪਤਾ ਹੀ ਹੈ, ਠੀਕ ਹੈ। ਟ੍ਰੇਨ ਵੀ ਤਾਂ ਅੰਗਰੇਜ਼ੀ 'ਚ ਬੋਲਦੇ ਹਾਂ, ਉਹਨੂੰ ਕਿਹੜਾ ਲੋ ਪਥਗਾਮੀ ਨਹੀਂ ਕਹਿੰਦੇ ਹੋ, ਹੈ ਨਾ। ਬਹੁਤ ਸਾਰੀਆਂ ਚੀਜ਼ਾਂ ਨੇ, ਜੈਸੇ ਜੇ ਆਪਾਂ ਕਹੀਏ ਸਰ ਸਾਨੂੰ ਅੰਗਰੇਜ਼ੀ ਸਮਝ ਨਹੀਂ ਆਉਂਦੀ, ਅੰਗਰੇਜ਼ੀ ਚੰਗੀ ਨਹੀਂ ਲੱਗਦੀ, ਜਾਂ ਮੈਂ ਵੀ ਭਾਵੇਂ ਪੰਜਾਬੀ 'ਚ ਪੜ੍ਹਾ ਰਿਹਾ ਹੈ, ਪਰ ਦੋਨੋਂ ਚੀਜ਼ਾਂ ਲੈਂਗੁਏਜ ਆਉਣੀਆਂ ਚਾਹੀਦੀਆਂ, ਇੰਨੀ ਕੁ ਤਾਂ ਆਉਣੀ ਚਾਹੀਦੀ ਕਿ ਤੁਹਾਨੂੰ ਦੂਜਾ ਚੀਜ਼ ਸਮਝ ਆ ਜਾਵੇ, ਹੈ ਨਾ। ਸੂਖਮਦਰਸ਼ੀ ਵਿੱਚ ਪਿਆਜ਼ ਦੀ ਝਿੱਲੀ ਦੇ ਸੈੱਲਾਂ ਦਾ ਨਿਰੀਖਣ ਕਰ
ਇਹ ਜੀ ਦੇਖੋ ਲੱਭੋ ਵਾਈਕ ਵੈਕਿਊਲ ਕਿਤੇ ਹੈ ਗੋਲਜੀ ਰਾਈਬੋਸੋਮ ਲਾਈਜੋਸੋਮ ਅੱਛਾ ਨੇ ਵੈਕਿਊਲ ਹੀ ਬਣਾਇਆ ਇਹਦੇ ਵਿੱਚ ਕੀ ਹੋਏਗਾ ਵੈਕਿਊਲ ਵੀ ਹੁੰਦੇ ਨੇ ਇੱਦਾਂ ਉਹ ਕੀ ਹੁੰਦੀ ਆ ਉਹ ਖਾਲੀ ਜਗ੍ਹਾ ਹੁੰਦੀ ਆ ਉਹ ਕੀ ਹੁੰਦੀ ਆ ਖਾਲੀ ਜਗ੍ਹਾ ਹੁੰਦੀ ਆ ਜਿਹੜੀ ਕੀ ਕੰਮ ਕਰਦੀ ਆ ਫੂਡ ਨੂੰ ਸਟੋਰ ਕਰਨ ਦੇ ਕੰਮ ਆਉਂਦੀ ਆ ਠੀਕ ਹੈ ਪਲਾਂਟ ਸੈਲ 'ਚ ਵਿੱਚ ਵੀ ਹੁੰਦੀ ਆ ਸਾਡੇ ਕੋਲ ਵੀ ਹੁੰਦੀ ਆ ਉਹ ਕਿਸ ਪ੍ਰਕਾਰ ਦੇ ਹੋ ਸਕਦੇ ਨੇ ਉਹ ਆਪਾਂ ਦੇਖਦੇ ਹਾਂ ਠੀਕ ਹੈ ਇਹ ਬਹੁਤ ਵੱਡੀ ਅਤੇ ਕੇਵਲ ਇੱਕ ਵੀ ਹੋ ਸਕਦੀ ਹੈ ਜਿਵੇਂ ਕਿ ਪਿਆਜ਼ ਦੀ ਚਿੱਲੀ ਵਿੱਚ ਵੀ ਖਾਈ ਦਿੰਦੀ ਹੈ ਗੱਲ ਦੇ ਸੈੱਲਾਂ ਵਿੱਚ ਕਈ ਛੋਟੀਆਂ ਛੋਟੀਆਂ ਰਸਦਾਨੀਆਂ ਹੁੰਦੀਆਂ ਹਨ ਛੋਟੇ ਛੋਟੇ ਵੈਕਿਊਲਸ ਵੀ ਹੋ ਸਕਦੇ ਨੇ ਵੱਡੀਆਂ ਰਸਦਾਨੀਆਂ ਕੇਵਲ ਪੌਦਾ ਸੈੱਲ ਵਿੱਚ ਹੀ ਪਾਈਆਂ ਜਾਂਦੀਆਂ ਹਨ ਪੌਦਾ ਸੈੱਲ 'ਚ ਇੱਕ ਵੱਡੀ ਸਾਰੀ ਰਸਦਾਨੀ ਵੀ ਹੁੰਦੀ ਹੈ ਠੀਕ ਹੈ ਜੰਤੂ ਸੈੱਲਾਂ ਵਿੱਚ ਇਹ ਰਸਦਾਨੀਆਂ ਛੋਟੀਆਂ ਹੁੰਦੀਆਂ ਹਨ ਜੰਤੂ ਸੈੱਲ ਕੌਣ ਆ ਸਾਡੇ ਅਸੀਂ ਜੰਤੂ ਦੇ ਵਿੱਚ ਆਉਂਦੇ ਹਾਂ ਠੀਕ ਹੈ ਅਸੀਂ ਕੀ ਹਾਂ ਜੀਵ ਅਸੀਂ ਜੀਵ ਹਾਂ ਠੀਕ ਹੈ ਅਸੀਂ ਜੰਤੂ ਸੈੱਲ ਆਪਣੇ ਨੂੰ ਕੀ ਬੋਲਦੇ ਹਾਂ ਐਨੀਮਲ ਸੈੱਲ ਅਤੇ ਪਲਾਂਟ ਸੈੱਲ ਅੰਗਰੇਜ਼ੀ ਜਿੱਦਾਂ ਬੋਲਦੇ ਹਾਂ ਆਪਾਂ ਟ੍ਰਾਡਿਸਕੈਂਸ਼ੀਆ ਦੇ ਪੱਤੇ ਦੇ ਸੈੱਲਾਂ ਵਿੱਚ ਤੁਸੀਂ ਅਨੇਕ ਛੋਟੀ ਛੋਟੀਆਂ ਰੰਗਦਾਰ ਸਤਰਾਵਾਂ ਦੇਖੀਆਂ ਹੋਣਗੀਆਂ ਉਹ ਪੱਤੇ ਦੇ ਸੈੱਲਾਂ ਦੇ ਸੈੱਲ ਦਰਵ ਵਿੱਚ ਖਿੰਡੀਆਂ ਹੁੰਦੀਆਂ ਹਨ ਉਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ ਪਲਾਸਟਿਡ ਕਹਿੰਦੇ ਹਾਂ ਠੀਕ ਹੈ ਕਹਿੰਦਾ ਬਹੁਤ ਹੁਣ ਅੱਛਾ ਇੱਥੇ ਟੋਪਿਕ ਖਤਮ ਹੋ ਗਿਆ ਨਵੀਂ ਚੀਜ਼ ਆ ਗਈ ਕਹਿੰਦਾ ਕੋਈ ਪੱਤਾ ਲੈ ਲਓ ਯਾਰ ਪੱਤੇ ਦੇ ਸੈੱਲਾਂ ਵਿੱਚ ਤੁਸੀਂ ਅਨੇਕ ਛੋਟੀਆਂ ਛੋਟੀਆਂ ਰੰਗਦਾਰ ਸੰਰਚਨਾਵਾਂ ਦੇਖੀਆਂ ਹੋਣਗੀਆਂ ਕਿਹੜੀਆਂ ਰੰਗਦਾਰ ਸੰਰਚਨਾਵਾਂ ਉਹ ਪੱਤੇ ਦੇ ਸੈੱਲਾਂ ਦੇ ਸੈੱਲ ਦਰਵ ਵਿੱਚ ਖਿੰਡੀਆਂ ਹੁੰਦੀਆਂ ਹਨ ਉਹਨਾਂ ਨੂੰ ਅਸੀਂ ਪਲਾਸਟਿਡ ਕਹਿੰਦੇ ਹਾਂ ਠੀਕ ਹੈ ਇਹ ਕਿਹਨੇ ਸਾਡੇ ਕੋਲ ਪਲਾਸਟਿਡ ਨੇ ਜੇ ਗ੍ਰੀਨ ਕਲਰ ਦੇ ਵਿੱਚ ਹੋਵੇ ਸਪੈਸ਼ਲੀ ਗ੍ਰੀਨ ਕਲਰ 'ਚ ਹੋਵੇ ਫਿਰ ਅਸੀਂ ਇਹਨੂੰ ਕੀ ਕਹਿੰਦੇ ਹਾਂ ਕਲੋਰੋ ਪਲਾਸਟ ਠੀਕ ਹੈ ਜੀ ਇਹ ਭਿੰਨ ਭਿੰਨ ਰੰਗਾਂ ਦੇ ਹੁੰਦੇ ਹਨ ਜੇ ਗ੍ਰੀਨ ਕਲਰ 'ਚ ਕੀ ਆ ਉਹ ਕਲੋਰੋ ਪਲਾਸਟ ਹੈ ਉਹਨਾਂ ਵਿੱਚੋਂ ਕੁਛ ਇਹਦਾ ਹਰਾ ਵਰਣਕ ਹੁੰਦਾ ਇਹਨਾਂ 'ਚ ਕੀ ਹੁੰਦਾ ਗ੍ਰੀਨ ਕਲਰ ਦਾ ਪਿਗਮੈਂਟ ਹੁੰਦਾ ਪਿਗਮੈਂਟ ਨੂੰ ਆਪਾਂ ਇੱਦਾਂ ਕਹਿ ਸਕਦੇ ਹਾਂ ਔਰਗੈਨਿਕ ਸਬਸਟਾਂਸ ਜਾਂ ਔਰਗੈਨਿਕ ਕੰਪਾਊਂਡ ਹੁੰਦੇ ਨੇ ਔਰਗੈਨਿਕ ਕੰਪਾਊਂਡ ਹੁੰਦੇ ਜਿਹਨਾਂ 'ਚ ਕਾਰਬਨ ਹੁੰਦਾ ਠੀਕ ਹੈ ਕਾਰਬਨ ਦੇ ਬਣੇ ਹੁੰਦੇ ਨੇ ਵਰਣਕ ਹੁੰਦਾ ਹੈ ਜਿਸ ਨੂੰ ਕਲੋਰੋਫਿਲ ਕਹਿੰਦੇ ਨੇ ਠੀਕ ਹੈ ਜਿਹਦਾ ਦੇਖੋ ਮਤਲਬ ਕਹਿਣ ਦਾ ਮਤਲਬ ਕੀ ਆ ਸਾਡੇ ਕੋਲ ਕੀ ਆ ਪਲਾਸਟਿਡ ਨੇ ਪਲਾਸਟਿਡ ਜੇ ਗ੍ਰੀਨ ਕਲਰ ਦੇ ਵਿੱਚ ਨੇ ਅਲੱਗ ਅਲੱਗ ਰੰਗ ਦੇ ਹੋ ਸਕਦੇ ਸੀ ਅਤੇ ਹਰੇ ਰੰਗ ਦੇ ਪਲਾਸਟਿਡ ਨੂੰ ਕੀ ਕਹਿੰਦੇ ਨੇ ਹਰੇ ਰੰਗ ਦੇ ਪਲਾਸਟਿਡ ਨੂੰ ਕਲੋਰੋਪਲਾਸਟ ਕਹਿੰਦੇ ਨੇ ਜੇ ਪਲਾਸਟਿਡ ਗ੍ਰੀਨ ਕਲਰ 'ਚ ਹੈ ਫਿਰ ਤੁਹਾਡੇ ਕੋਲ ਕੀ ਆ ਉਹ ਕਲੋਰੋਪਲਾਸਟ ਹੈ ਕਲੀਅਰ ਚੀਜ਼ ਇਹ ਅਤੇ ਜਿਹੜਾ ਕਲੋਰੋਪਲਾਸਟ ਹੈ ਮਤਲਬ ਜਿਹੜਾ ਪਲਾਸਟਿਡ ਨੇ ਜੇ ਗ੍ਰੀਨ ਕਲਰ 'ਚ ਕੀ ਆ ਉਹ ਕਲੋਰੋਪਲਾਸਟ ਹੈ ਅਤੇ ਜਿਹੜੇ 'ਚ ਕੀ ਹੁੰਦਾ ਗ੍ਰੀਨ ਪਿਗਮੈਂਟ ਹੁੰਦਾ ਇੱਕ ਗ੍ਰੀਨ ਪਿਗਮੈਂਟ ਕੀ ਆ ਔਰਗੈਨਿਕ ਕੋਈ ਕੰਪਾਊਂਡ ਹੈਗਾ ਹੈ ਉਹਨੂੰ ਅਸੀਂ ਕੀ ਬੋਲਦੇ ਹਾਂ ਕਲੋਰੋਫਿਲ ਠੀਕ ਹੈ ਦੇਖੋ ਇੱਦਾਂ ਬੋਲਦੇ ਹਾਂ ਇੱਕ ਬੱਚਾ ਕੁਐਸਚਨ ਪੁੱਛਦਾ ਪੱਤੇ ਦਾ ਰੰਗ ਹਰਾ ਕਿਉਂ ਹੁੰਦਾ ਹੈ ਪੱਤੇ ਦਾ ਰੰਗ ਹਰਾ ਕਿਉਂ ਹੁੰਦਾ ਕੋਈ ਕਹਿੰਦਾ ਹੁੰਦਾ ਕਲੋਰੋਫਿਲ ਕਰਕੇ ਠੀਕ ਹੈ ਆਪਾਂ ਇੱਥੇ ਤੱਕ ਜਾਣ ਲਿਆ ਪੱਤੇ ਦਾ ਹਰਾ ਰੰਗ ਕਿਉਂ ਕਲੋਰੋਫਿਲ ਕਰਕੇ ਤਾਂ ਮਤਲਬ ਕੀ ਆ ਉਹਦੇ ਵਿੱਚ ਹਰੇ ਰੰਗ ਦੇ ਕੀ ਨੇ ਪਲਾਸਟਿਡ ਨੇ ਜਿਹੜੇ ਕਿਨੇ ਕਲੋਰੋਪਲਾਸਟ ਨੇ ਗ੍ਰੀਨ ਕਲਰ ਦਾ ਪਿਗਮੈਂਟ ਹੈ ਇਹ ਪੱਤਿਆਂ ਨੂੰ ਹਰਾ ਰੰਗ ਪ੍ਰਦਾਨ ਕਰਦੇ ਹਨ ਠੀਕ ਹੈ ਨਾ ਹਰੇ ਰੰਗ ਦੇ ਪਲਾਸਟਿਡ ਗ੍ਰੀਨ ਕਲਰ ਦੇ ਪਲਾਸਟਿਡ ਪੱਤਿਆਂ ਨੂੰ ਕੀ ਕਰਦੇ ਨੇ ਦੇ ਕਲੋਰੋਪਲਾਸਟ ਕਹਿੰਦੇ ਨੇ ਠੀਕ ਹੈ ਉਹ ਤੋਂ ਜਿਹੜਾ ਗ੍ਰੀਨ ਹਰਾ ਵਰਣਕ ਹੁੰਦਾ ਜਿਸ ਨੂੰ ਅਸੀਂ ਕੀ ਕਹਿੰਦੇ ਹਾਂ ਕਲੋਰੋਫਿਲ ਕਹਿੰਦੇ ਨੇ ਦੂਜੇ ਨਾਮ ਦਾ ਕਲੋਰੋਫਿਲ ਹੋ ਗਿਆ ਹੁਣ ਬੱਚੇ ਨੇ ਕੁਐਸਚਨ ਪੁੱਛਿਆ ਪੱਤੇ ਦਾ ਰੰਗ ਹਰਾ ਕੀ ਹੁੰਦਾ ਹੈ ਮੈਂ ਕਿਹਾ ਕਲੋਰੋਫਿਲ ਅੱਛਾ ਪੱਤਿਆਂ 'ਚ ਹੀ ਕਲੋਰੋਫਿਲ ਕੀ ਹੁੰਦਾ ਹੈ ਇਹਦਾ ਆਂਸਰ ਮੈਨੂੰ ਨਹੀਂ ਪਤਾ ਹੈਗਾ ਠੀਕ ਹੈ ਪੱਤਿਆਂ ਵਿੱਚ ਹੀ ਕਲੋਰੋਫਿਲ ਕੀ ਹੁੰਦਾ ਹੈ ਕੁਝ ਕੁਐਸਚਨ ਇੱਦਾਂ ਦੇ ਨੇ ਜਿਹੜੀ ਮਤਲਬ ਸਾਇੰਸ ਵੀ ਨਹੀਂ ਜਾਣਦੀ ਹੁੰਦੀ ਹਾਂ ਸਾਇੰਸ ਕੋਈ ਲੋਜਿਕ ਲੱਭ ਲੇਗਾ ਕਿ ਇਹਨਾਂ 'ਚ ਹੀ ਕਲੋਰੋਫਿਲ ਕਿਉਂ ਹੁੰਦਾ ਉਹਦੇ ਵਿੱਚ ਲੱਭ ਲੱਗੀ ਵੀ ਅਤੇ ਮਤਲਬ ਕੋਈ ਕੁਐਸਚਨ ਹੁੰਦੇ ਨੇ ਸਾਡੀ ਮਤਲਬ ਕੁਝ ਦਿਮਾਗ ਨਾਲ ਜਵਾਬ ਦਿੱਤੇ ਜਾਂਦੇ ਨੇ ਕੁਝ ਸਾਡੀ ਕੌਂਸ਼ੀਅਸ ਮਾਈਂਡ ਨਾਲ ਜਵਾਬ ਦਿੱਤੇ ਜਾਂਦੇ ਨੇ ਕੁਝ ਸਾਨੂੰ ਪਤਾ ਹੁੰਦਾ ਇਹ ਚੀਜ਼ ਹੈ ਬਟ ਲੱਗਦਾ ਹੁੰਦਾ ਇਹ ਚੀਜ਼ ਨਹੀਂ ਹੋ ਸਕਦੀ ਸਾਡੇ ਮਾਈਂਡ ਨੂੰ ਵੀ ਲੱਗਦਾ ਹੁੰਦਾ ਵੀ ਇਹ ਗਲਤ ਹੈਗੀ ਆ ਠੀਕ ਹੈ ਉਸ ਤਰੀਕੇ ਨਾਲ ਵੀ ਕੁਐਸਚਨਾਂ ਦੇ ਜਵਾਬ ਹੁੰਦੇ ਨੇ ਹੈ ਨਾ ਇਹ ਪੱਤਿਆਂ ਨੂੰ ਹਰਾ ਰੰਗ ਪ੍ਰਦਾਨ ਕਰਦੇ ਹਨ ਤੁਹਾਨੂੰ ਯਾਦ ਹੋਵੇਗਾ ਕਿ ਪੱਤਿਆਂ ਦੇ ਕਲੋਰੋਪਲਾਸਟ ਵਿੱਚ ਸਥਿਤ ਕਲੋਰੋਫਿਲ ਪ੍ਰਕਾਸ਼ ਸੰਸ਼ਲਨ ਦੇ ਲਈ ਜ਼ਰੂਰੀ ਹੈ ਅਤੇ ਜਿਹੜਾ ਕਲੋਰੋਪਲਾਸਟ ਵਿੱਚ ਕਿਹੜਾ ਹੈ ਕਲੋਰੋਫਿਲ ਹੈ ਇਹ ਕੀ ਕਰਦਾ ਹੈ ਤੁਹਾਨੂੰ ਪ੍ਰਕਾਸ਼ ਸੰਸ਼ਲੇਸ਼ਨ ਦੇ ਲਈ ਜ਼ਰੂਰੀ ਹੈ ਕੀ ਚੀਜ਼ ਪਤਾ ਲੱਗੀ ਸਾਨੂੰ ਇਹਦੇ ਵਿੱਚ ਰੰਗਦਾਰ ਸੰਰਚਨਾਵਾਂ ਨੇ ਜਿਹਨਾਂ ਨੂੰ ਕੀ ਕਹਿੰਦੇ ਨੇ ਪਲਾਸਟਿਡ ਜੇ ਪਲਾਸਟਿਡ ਗ੍ਰੀਨ ਕਲਰ ਦੇ ਹੋਗੇ ਤਾਂ ਕੀ ਨਾਮ ਰੱਖਤਾ ਉਹਨਾਂ ਦਾ ਕਲੋਰੋਪਲਾਸਟ ਇਹ ਭਿੰਨ ਭਿੰਨ ਰੰਗਾਂ ਦੇ ਹੁੰਦੇ ਨੇ ਉਹਨਾਂ ਵਿੱਚੋਂ ਕੁਛ ਹਰਾ ਵਰਣਕ ਹੁੰਦਾ ਹੈ ਅਤੇ ਜੇ ਹਰਾ ਰੰਗ ਦਾ ਹੈ ਮਤਲਬ ਉਹਦਾ ਕੀ ਨਾਮ ਹੈਗਾ ਹੈ ਕਲੋਰੋਫਿਲ ਠੀਕ ਹੈ ਜੀ ਜਿਸ ਨੂੰ ਕਲੋਰੋਫਿਲ ਕਹਿੰਦੇ ਨੇ ਹਰੇ ਰੰਗ ਦੇ ਪਲਾਸਟਿਡ ਕਲੋਰੋਪਲਾਸਟ ਹੁੰਦੇ ਨੇ ਹਰੇ ਰੰਗ ਦੇ ਪਲਾਸਟਿਡ ਕਲੋਰੋਪਲਾਸਟ ਨਾਮ ਦਿੱਤਾ ਕਲੀਅਰ ਚੀਜ਼ ਪੌਦੇ ਅਤੇ ਜੰਤੂ ਸੈੱਲ ਵਿੱਚ ਅੰਤਰ ਜੇਕਰ ਤੁਸੀਂ ਪਿਛਲੀਆਂ ਕਿਰਿਆਵਾਂ 8.3-8.4 ਵਿੱਚ ਧਿਆਨ ਦਿਓ ਤਾਂ ਉਸ ਦੇ ਆਧਾਰ 'ਤੇ ਤੁਸੀਂ ਪੌਦਾ ਸੈੱਲ ਅਤੇ ਜੰਤੂ ਸੈੱਲ ਦੀਆਂ ਰਚਨਾਵਾਂ ਨੂੰ ਤੁਲਨਾ ਕਰ ਸਕਦੇ ਹੋ ਅਤੇ ਚਿੱਤਰ 8.7a(b) ਦੇ ਧਿਆਨ ਨਾਲ ਨਿਰੀਖਣ ਕਰੋ ਆਓ ਪੌਦੇ ਅਤੇ ਜੰਤੂ ਸੈੱਲ ਵਿੱਚ ਵਾਲੀਆਂ ਸਮਾਨਤਾਵਾਂ ਅਤੇ ਅਸਮਾਨਤਾਵਾਂ ਦੀ ਸੂਚੀ ਬਣਾਈਏ ਸਾਰਣੀ 8.1 ਵਿੱਚ ਕੁਝ ਲੱਛਣ ਦਿੱਤੇ ਗਏ ਹਨ ਆਓ ਇਹਨਾਂ ਲੱਛਣ 'ਤੇ ਵੀ ਵਿਚਾਰ ਕਰੀਏ ਇੱਕ ਆਪਾਂ ਪਿਕਚਰ ਵੀ ਡਾਊਨਲੋਡ ਕਰਕੇ ਬਣਾ ਦੇਖ ਲਾਂਗੇ ਠੀਕ ਹੈ ਸੈੱਲ 'ਚ ਲੀਏ ਕੋਲ ਹੈ ਇਹ ਤੁਹਾਡੇ ਕੋਲ ਕੀ ਆ ਜੰਤੂ ਸੈੱਲ ਇਹ ਤੁਹਾਡੇ ਕੋਲ ਕੀ ਆ ਪੌਦਾ ਸੈੱਲ ਸੈੱਲ 'ਚ ਲੀਏ ਹੈ ਰਸਦਾਨੀ ਹੈ ਆਹ 'ਚ ਪੂਰੀ ਅਸ ਰਸਦਾਨੀ ਹੈ ਇਹਦੀ ਵੱਡਾ ਵੈਕਿਊਲਸ ਹੈ ਇਹਦੇ 'ਚ ਖਾਲੀ ਜਗ੍ਹਾ ਹੈ ਜਿੱਥੇ ਨੇ ਫੂਡ ਸਟੋਰ ਕਰਨਾ ਹੈ
वैक्यूल केंद्रक है, हाँ जी ये कोल भी केंद्रक है, ये कोल भी केंद्रक है, सेल द्रव है, हाँ जी दोनों को सेल द्रव है, साइटोप्लाज्म है। सेल झिल्ली पौधा सेल च होंगी है, जंतु सेल च होंगी है। सेल भित्ति पौधा सेल च होंगी है, साढ़े को सेल भित्ति नहीं है, सेल वॉल ठीक है नहीं है। केंद्रक है पौधा सेल को है, जंतु सेल को है। केंद्रक झिल्ली पौधा सेल को है, साढ़े सेल को है, पर जे आप ये कि केंद्रक झिल्ली नहीं सी जी यूक्रियोटिक सी ठीक है, जिमें किसी ब्लू ग्रीन एलगी नीली हरी काई तो जीवाणु उन्होंने नहीं होंगी हैगी ठीक है जी। सैल द्रव पौधा सैल च है, जंतु सैल च है। प्लास्टिड साढ़े को नहीं हैगी, पौधा सैल को है, साढ़े को प्लास्टिड नहीं है, साडा रंग हरा थोड़ी है, साढ़े पिगमेंट है ठीक है, साढ़े बच्चे कि साढ़े को प्लास्टिड नहीं है ना, प्लास्टिड जो ग्रीन कलर है क्लोरोप्लास्टिड क्लोरोप्लास्ट है ना, साढ़े भी पिगमेंट है साड़ी स्किन कलर देंगे ने। जे आप बोलीए भी वर्णक है तो वर्णक है जी, प्लास्टिड ग्रीन कलर का प्लास्टिड क्लोरोप्लास्ट नहीं साढ़े नहीं है, रसदानियाँ खाली जगह साढ़े सैल च भी ने, इन्हों को भी है ने। क्लीयर चीज ये तो हो गया खत्म, कि शब्द सीखने मिले सैल समझ आ गया तुम्हें की चीज़ होंगी है, सैल झिल्ली समझ आ गई वो बाहर वाली, सैल भित्ती समझ आ गई एक ये कोई प्लांट के कोई खास, क्लोरोप्लास्ट कलर आ गई समझ आ गया, ग्रीन कलर का पिगमेंट गणसूत्र क्रोमोजोम समझ आ गए, जो कट्ठे होकर एक्स की शेप बना लेंगे ने कौन क्रोमोटेन, क्रोमोटेन तो कट्ठे हो गए एक गुच्छी बन जाती है, वो बन जाती क्रोमोसोम। सैल द्रव समझ आ गया, साइटोप्लाज्म वो जो लिक्विड तैरता पाया है। यूक्रियोटिक जीन हो गए जिन्हों के केंद्र की झिल्ली नहीं है, जीन समझ आ गए जो मैं पूरा खोल देवगा, डीएनए का कोई खास पार्ट जिहड़ा कि हुंदा अनुवंशिक गुण दिखाएगा वह की है जीन, बहुत सैली समझ आ गए असी की हैं बहुत सैली ज है हाँ। केंद्रक झिल्ली समझ आ गई, हाँ जी न्यूक्लियर के उत्ते केंद्रक झिल्ली बनी हुई है ठीक है। न्यूक्लियोलस भी समझ आ गया ठीक है, न्यूक्लियस के विच की ने दो चीज़ा ने, एक तो डीएनए प्लस आर एन ए, जोड़ा डीएनए आर एन ए वाला पार्ट है वह की है न्यूक्लियोलस है। केंद्रक न्यूक्लियस समझ आ गया ना, न्यूक्लियस वड्डे वाला। ऑर्गन समझ आ गया, अंग अंग कि बने सैल, सैल तो टीशू, टीशू तो अंग बन गया, सैल अंग निकलते अंग ऑर्गन वाले समझ आ गए, जिहड़े ये सैल के अंदर होणगे माइटोकॉन्ड्रिया गोल्जी कॉडी बॉडीज़ है ना वैक्यूल्स ये सारे की ने न्यूक्लियस, ये सारे की ने ऑर्गन वाले। प्लाज्मा झिल्ली समझ आ गई, प्लाज्मा झिल्ली देखो कहता नाम से सैल मैंबरेन का ही दूजा नाम है, ये कहता है सैल मैंबरेन का ही दूजा नाम है। प्लास्टिड समझ आ गए, ये की ने ग्रीन कलर के, जो ग्रीन कलर के होणगे वो की तेरे को क्लोरोप्लास्ट सी। प्रोक्रियोटिक असी की है प्रोक्रियोटिंग है, क्योंकि जो सा केंद्रक है ना केंद्रक के उत्ते की बनी है झिल्ली बनी है। सुडोपैडिया कि झूठे पैर कि अमीबा के कोल ने, टिशू समझ आ गए, सैल प्लस सैल, सैल प्लस सैल की है टिशू, सैलों जोड़ के बनते एक सैल ही कला सैल। रसदानिया खाली जगह सैल के जिद की होना फूड स्टोर होना है। क्लीयर चीज़। सफेद रकटाणु डबल्यू बी सी समझ आ गए, ये भी जिदा अमीबा शेप चेंज कर सकता है, डबल्यू बी सी भी चेंज करते हैं। जो कोई विषाणु, जो कोई वायरस विषाणु थोड़ी बॉडी एंटर करता तो सब तो पहला थोड़ा इम्यून सिस्टम कहता है डबल्यू बी सी जाओ, ये की करते हैं अपना शेप चेंज कर देंगे, तो खा जाते हैं, तो जो खा जाते हैं तो तुम बीमार होने तो बच जाते हो। जो वाइट ब्लड सैल है तो थोड़े की होंगे ने बॉडी के थोड़ा इम्यून सिस्टम स्ट्रोंग है, बीमारियों ना लड़ता है। जो एड्स होंगी है एच आई वी वायरस की करता है, वो डबल्यू बी सी ही खा जाता है। जो डबल्यू बी सी खत्म हो गए तो दैट मीनस विषाणु जड़े आएंगे उन्होंने लड़न की समर्था घट हो जाती है, जो बुखार भी हो जाता है वह भी ठीक नहीं होंगे। इस करके एड्स में एक बीमारी नहीं मानते, एड्स में मानते हैं कि जो बंद बीमारी हो जाती है वह जोड़ा वायरस जी बॉडी चला जाता वो डबल्यू बी सी भी खत्म कर देता है। समझ गए चीज़। तुम्हें की सीखिया, मैं भगवंत मान की एक वीडियो देखता से उस कहता अज आप पढ़ा समाज एक सीखिया, कहना मर रही या तो आप की सीखिया, उही गल सीखना बहुत जरूरी है। तो कहना सिक्ख्या तो छोड़ो, चलो एंटरटेनमेंट करते हैं, हाँ जी मटर ही एंटरटेनमेंट है ना, वो काम नहीं करना आप थोड़ा जहाँ देखते हैं की कहता। कहता ज़्यादातर जीवों में छोटिया संरचनावान विखाई दिंदियां हन जिन्हों अंग कहते हैं ठीक है। सारे अंग होर छोटे भी भागों तो मिलकर बने होंगे, किसी जीव के सूखम जीवित रचना सैल कहते हैं। सब तो पहला कारक के सैलों की खोज रॉबर्ट हुक ने 1665 की थी, 100-150 साल भी बाद भी सानू कुछ नहीं पता लग्या सीगा, पर 1800 मतलब 1815 तक कुछ नहीं पता सी, पर 1800 सदी तो बाद जाके हुण सानू अपनी बॉडी के अंदर जिन्ने भी सैल उन्हां दी भी बहुत ज़्यादा नॉलेज है। ईवन असी क्लोनिंग भी कीती, अगे पढ़ांगे क्लोनिंग की हैगी है। आकृति आकारा के आधार से सैल कई प्रकार के होंदे ने, सैल मतलब कई तरह के सैल ने। भिन्न भिन्न जीवों में सैलों की संख्या भी भिन्न भिन्न होंगी है, कुछ सैल बहुत वड्डे होंगे जिन्हों नंगी अख नाल वेख्या जा सकता है, उदाहरण का मुर्गी का अंडा। कुछ जीव केवल एक सैल तो बने होंगे ने, कई जीव बहुत सैली बने होंगे, एक सैली जीव अमीबा ते पैरामीशियम, बहुत सैली जीव असी हाँ जीव जंतु ने जानवर ने। एक सैली जीव हाँ
ਵਿੱਚ ਇੱਕ ਸੈੱਲ ਹੀ ਉਹ ਸਾਰੇ ਮੁੱਢਲੇ ਕਾਰਜ ਕਰਦਾ ਹੈ ਜੋ ਬਹੁਤ ਸਾਰੇ ਜੀਵਾਂ ਵਿੱਚ ਵਿਸ਼ੇਸ਼ ਸੈੱਲ ਸਮੂਹ ਦੁਆਰਾ ਸੰਪੂਰਨ ਕੀਤੇ ਜਾਂਦੇ ਹਨ। ਇਹ ਚੀਜ਼ ਨੂੰ ਯਾਦ ਕਰ ਲਓ, ਬਹੁਤ ਇੰਪੋਰਟੈਂਟ ਹੈ। ਇੱਕ ਸੈੱਲ ਜੀਵ ਆ ਭਾਵੇਂ, ਉਹ ਸਾਰੇ ਕੰਮ ਕਰ ਸਕਦਾ ਜੋ ਅਸੀਂ ਸਾਰੇ ਕੰਮ ਕਰਦੇ ਹਾਂ। ਕਲੀਅਰ ਚੀਜ਼। ਸੈੱਲ ਦੇ ਮੁੱਖ ਤਿੰਨ ਭਾਗ ਹਨ, ਸੈੱਲ ਝਿੱਲੀ, ਸਮਝ ਆ ਗਈ ਨਾ, ਬਾਹਰਲੀ, ਸੈੱਲ ਦਰਵ ਲੀਕੁਡ ਜਿਹੜੇ 'ਚ ਭਰਿਆ ਹੋਇਆ, ਅਤੇ ਛੋਟੇ ਛੋਟੀਆਂ ਸੰਰਚਨਾਵਾਂ ਨਿਕੜੇ ਅੰਗ, ਮਾਈਟੋਕੋਂਡਰੀਆ, ਵੈਕਿਊਲਸ, ਹੈ ਨਾ, ਗੋਲਜੀ ਅਪਰੇਟਸ, ਗੋਲਜੀ ਬੋਡੀ, ਸਾਰਾ ਕੁਛ ਅੰਗ ਪਾਏ ਜਾਂਦੇ। ਅਤੇ ਸਭ ਤੋਂ ਇੰਪੋਰਟੈਂਟ ਚੀਜ਼ ਕੀ ਹੈ? ਕੇਂਦਰਕ, ਜਿਹਦੇ ਵਿੱਚ ਕੀ ਸਟੋਰ ਹੈ? DNA। ਕੇਂਦਰਕ ਅਤੇ ਦਰਵ ਨੂੰ ਕੇਂਦਰਕ ਝਿੱਲੀ ਅਲੱਗ ਕਰਦੀ ਹੈ। ਕੇਂਦਰਕ ਅਤੇ ਸੈੱਲ ਦਰਵ ਨੂੰ ਕੌਣ ਅਲੱਗ ਕਰਦੀ ਹੈ? ਕੇਂਦਰਕ ਝਿੱਲੀ, ਮਤਲਬ ਨਿਊਕਲੀਅਸ ਦੇ ਉੱਤੇ ਵੀ ਕੀ ਹੁੰਦੀ ਹੈ? ਝਿੱਲੀ ਹੁੰਦੀ ਹੈ। ਸੈੱਲ ਜਿਸ ਵਿੱਚ ਪੂਰੀ ਤਰ੍ਹਾਂ ਵਿਕਸਿਤ ਸੰਗਠਿਤ ਕੇਂਦਰਕ ਨਹੀਂ ਹੁੰਦਾ, ਭਾਵ ਕੇਂਦਰਕ ਝਿੱਲੀ ਨਹੀਂ ਹੁੰਦੀ, ਉਹ ਕੀ ਹੈ? ਉਹ ਜਿਹਦੇ ਵਿੱਚ ਨਹੀਂ ਹੁੰਦਾ। ਇੱਥੇ ਗਲਤ ਲਿਖਿਆ ਹੋਇਆ ਇਹਨਾਂ ਨੇ। ਸੈੱਲ ਜਿਸ ਪੂਰੀ ਤਰ੍ਹਾਂ ਵਿਕਸਿਤ ਸੰਗਠਿਤ ਕੇਂਦਰਕ ਨਹੀਂ ਹੁੰਦਾ, ਭਾਵ ਕੇਂਦਰਕ ਝਿੱਲੀ ਨਹੀਂ ਹੁੰਦੀ, ਉਹ ਯੂਕਰੀਓਟਿਕ ਆ। ਉਹ ਇੱਥੇ ਪ ਪਾਇਆ ਪਿਆ, ਯੂਕਰੀਓਟਿਕ ਕਿ ਪ੍ਰੋਕਰੀਓਟਿਕ? ਤੁਸੀਂ ਸੋਚੋ, ਮੈਂ ਤਾਂ ਭੁੱਲ ਗਿਆ, ਨਹੀਂ ਮਜ਼ਾ ਕਰਦਾ। ਅਤੇ ਕੀ ਚੀਜ਼ ਹੈ ਤੁਹਾਡੇ ਕੋਲ? ਉਹ ਤੁਹਾਡੇ ਕੋਲ ਕਿਹੜੇ? ਪ੍ਰੋਕਰੀਓਟਿਕ। ਪ੍ਰੋਕਰੀਓਟਿਕ ਜਿਹੜੇ ਪੁਰਾਣੇ ਸੀਗੇ, ਹੈ ਨਾ, ਕਨਫਿਊਜ਼ ਨਹੀਂ ਹੋਣਾ ਹੈਗਾ ਵੀ ਪ੍ਰਿਓ ਕਿਹੜੇ ਨੇ ਅਤੇ ਨਿਊ ਕਿਹੜੇ ਨੇ। ਕਲੀਅਰ ਆ ਚੀਜ਼? ਇਹ ਥੋੜ੍ਹੀ ਜਿਹਾ ਮਜ਼ਾਕ ਕਰਦਾ ਪਿਆ ਸੀ। ਪ੍ਰੋ ਅਤੇ ਯੂ, ਯੂ ਨਿਊ, ਨਿਊ ਕੋਲ ਝਿੱਲੀ ਹੈ, ਪ੍ਰੋ ਕੋਲ ਝਿੱਲੀ ਨਹੀਂ ਹੈ, ਪੁਰਾਣੇ ਨੇ ਵਿਚਾਰੇ। ਠੀਕ ਹੈ। ਪੌਦਾ ਸੈੱਲ ਜੰਤੂ ਸੈੱਲ ਨਾਲੋਂ ਭਿੰਨ ਹੁੰਦਾ ਹੈ ਕਿਉਂਕਿ ਇਸ ਵਿੱਚ ਸੈੱਲ ਝਿੱਲੀ ਦੇ ਬਾਹਰ ਸੈੱਲ ਭਿੱਤੀ ਵੀ ਹੁੰਦੀ ਹੈ। ਠੀਕ ਹੈ। ਪਲਾਂਟ ਸੈੱਲ ਕੋਲ ਦੋ ਸੈੱਲ ਭਿੱਤੀ ਹੋ ਗਈਆਂ, ਇੱਕ ਸੈੱਲ ਮੈਂਬਰੇਨ, ਇੱਕ ਸੈੱਲ ਵਾਲ। ਠੀਕ ਹੈ। ਭਿੱਤੀ ਵੀ ਹੋ ਗਈ ਉਹਦੇ ਕੋਲ ਅਤੇ ਝਿੱਲੀ ਵੀ ਹੋ ਗਈ ਉਹਦੇ ਕੋਲ। ਰੰਗਦਾਰ ਸੰਰਚਨਾਵਾਂ ਨੂੰ ਪਲਾਸਟਿਡਸ ਕਹਿੰਦੇ ਹਨ, ਜੋ ਕੇਵਲ ਪੌਦਾ ਸੈੱਲ ਵਿੱਚ ਹੀ ਪਾਏ ਜਾਂਦੇ ਨੇ। ਸਾਡੇ ਕੋਲ ਪਲਾਸਟਿਡ ਨਹੀਂ ਹੈਗੇ। ਪਲਾਸਟਿਡ ਜਿਨ੍ਹਾਂ ਨੂੰ ਵਿੱਚ ਕਲੋਰੋਫਿਲ ਹੁੰਦਾ ਹੈ, ਉਹਨਾਂ ਨੂੰ ਕਲੋਰੋਪਲਾਸਟ ਕਹਿੰਦੇ ਹਨ। ਜਿਹਨਾਂ 'ਚ ਕਲੋਰੋਫਿਲ ਹੁੰਦਾ, ਕਲੋਰੋਪਲਾਸਟ ਹੁੰਦੇ, ਗ੍ਰੀਨ ਕਲਰ ਦੇ ਕਲੋਰੋਪਲਾਸਟ ਹੁੰਦੇ ਨੇ। ਪੌਦਾ ਸੈੱਲ ਇੱਕ ਵੱਡੀ ਕੇਂਦਰੀ ਰਸਦਾਨੀ ਹੁੰਦੀ ਹੈ, ਜਦੋਂ ਕਿ ਜੰਤੂ ਸੈੱਲ ਵਿੱਚ ਬਹੁਤ ਸਾਰੇ ਛੋਟੀ ਛੋਟੀਆਂ ਰਸਦਾਨੀਆਂ ਹੁੰਦੀਆਂ ਹਨ। ਇਹ ਚੈਪਟਰ ਤੁਹਾਡਾ ਇੱਥੇ ਖਤਮ ਹੋ ਗਿਆ। ਠੀਕ ਹੈ ਜੀ। ਕੁਸ਼ਚਨ ਦੇਖ ਲਿਓ, ਬਾਕੀ ਆਪਾਂ ਨੈਕਸਟ ਚੈਪਟਰ ਕਰਦੇ ਹਾਂ ਜੰਤੂਆਂ 'ਚ ਪ੍ਰਜਨਨ। ਇਹ ਨੈਕਸਟ ਵੀਡੀਓ ਲੈਕਚਰ ਵਿੱਚ ਕਰਾਂਗੇ। ਇਹ ਵੀਡੀਓ ਲੈਕਚਰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮੱਚ।